नाम मिले ताजीवान, नानक नाम मिले ताजीवान, नाम मिले ताजीवान, नानक नाम मिले ताजीवान, नाम मिले ताजीवान, नानक नाम मिले ताजीवान, नाम मिले ताजीवान, नानक नाम संसार।
किसका तन मन धन सब किसका सोई सुगण सुजानी तेरी सुनया दुख सुख मेरा Thank you.
Thank you.
Thank you.
ਕਰੀ ਕਿ ਪਿਆਰ ਸਦੇ ਇਸ ਪਾਸ ਬੈਠਿਆਂ ਸੁਭਿਆ ਸਤਨਾਮ ਦਾ ਵਿਸਾਰ ਸਤਿਗੁਰ ਪੀਰਾ ਬਹਿ ਪੀਰਾ ਉਸੋ ਕੀ ਪਾਤਸ਼ਾਹ ਜੀ ਦਿਆ ਜੋ ਸਾਹਿਬ ਸਿੰਘ ਗੁਰ ਸਾਹਿਬ ਮਹਾਰਾਜ ਦੀ ਪਾਤਸ਼ਾਹ ਜੋ ਕਿ ਤੇਰੇ ਅੰਦਰ ਅਸੀਸ ਲਾ ਕੇ ਖਤਮ ਸਾਹਿਬ ਦੇ ਆਖੋ ਜੀ ਸਤਨਾਮ ਸਦਾ ਆ ਗਿਆ ਜਦੋਂ ਮੈਨੂੰ ਚਿੱਠੀ ਆ ਗਈ
ਉਦੋਂ ਮੈਨੂੰ ਜਾਣਾ ਪੈਣਾ ਹੈ। ਕਹਿੰਦੇ ਜੀ ਜੋ ਤੇਰਾ ਬਚਨ ਕਹੇ ਤਨ ਸਾਚੇ, ਤਨ ਕਛੂ ਨਾ ਸਮਝੇ ਚੰਚਲ ਪਾਚੇ, ਬਹੁਤ ਬਹੁਤ ਪੀੜੀ ਸਾਨੂੰ ਮੰਗੇ, ਉਹ ਬਾਤ ਜਾਣੇ ਕਰ ਮਸਾ ਹੈ, ਉਹ ਬਾਤ ਜਾਣੇ ਕਰ ਮਸਾ ਹੈ। ਇਹੀ ਕਹਿ ਰਹੀ ਹੈ ਕਿ ਕਿੱਦਾਂ ਹੋ ਸਕਦਾ ਜਿਹੜਾ ਸੰਯੋਗ ਪਰਮਾਤਮਾ ਨੇ ਕੀਤਾ ਹੈ ਉਹ ਵਿਯੋਗ ਕਿੱਦਾਂ ਹੋ ਸਕਦਾ ਹੈ। ਜੀਵ ਆਤਮਾ ਨੇ ਆਖਿਆ ਜਿਸ ਕਰਮ ਦਾ ਜਦੋਂ ਸੰਯੋਗ ਕੀਤਾ ਗਿਆ ਸੀ ਉਸੇ ਕਲਮ ਦੇ। ਜੀਵ ਆਤਮਾ ਇਸ ਗੱਲ ਨੂੰ ਸੱਚ ਨਹੀਂ ਮੰਨ ਰਹੀ, ਪਰ ਸੱਜਣੋ ਸਮਾਂ ਜਿੰਨਾ ਵੀ ਮਿਲਿਆ ਹੋਵੇ, ਬਹੁਤ ਜ਼ਿਆਦਾ ਵੀ ਮਿਲਿਆ ਹੋਵੇ ਤੇ ਉਹ ਵੀ ਸਮਾਪਤ ਹੋ ਜਾਂਦਾ ਹੈ। ਆਈ ਆ ਗਿਆ ਬਿਲੋ ਬੁਲਾਇਆ, ਚਲੋ ਜੀ ਕਿਆ ਮੈਂ ਖਟਾਇਆ ਫਰਮਾਨ ਕਰਦਾ ਕਿਆ ਪਾਇਆ। ਆਈ ਆ ਗਿਆ ਫਿਰੋ ਬੁਲਾਇਆ, ਨਾ ਤਾਂ ਪੁੱਛੀ ਨਾ ਮਤਾ ਪਕਾਇਆ, ਉਹ ਸਿਧਾਇਓ ਛੁੱਟਲ ਮਾਟੀ, ਦੇਖ ਨਾਨਕ ਨਿਧਨ ਮੋਹਾ ਸਾਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਬਾਬਾ ਬੁੱਢਾ ਜੀ ਸਿੱਖ ਜਗਤ ਦੇ ਪਹਿਲੇ ਬ੍ਰਹਮ ਗਿਆਨੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਗੁਰੂ ਮਹਾਰਾਜ ਜੀ ਨੇ ਬੜਾ ਆਦਰ ਦਿੱਤਾ, ਸੰਗਤਾਂ ਵੱਲੋਂ ਵੀ ਬੜਾ ਆਦਰ ਹੋਇਆ। ਗੁਰੂ ਮਹਾਰਾਜ ਜੀ ਨੇ ਇੱਕ ਪੇਸ਼ਕਸ਼ ਕੀਤੀ, ਕਹਿੰਦੇ ਬਾਬਾ ਜੀ ਸਾਰੇ ਸਤਗੁਰਾਂ ਪਾਸੋਂ ਆਪ ਜੀ ਨੇ ਬੜੀ ਬਖਸ਼ਿਸ਼ ਪਾਈ ਹੈ, ਹੁਣ ਉਸ ਖਜ਼ਾਨੇ ਦੀਆਂ ਕੁੰਜੀਆਂ ਮੇਰੇ ਪਾਸ ਨੇ, ਕੁਛ ਮੇਰੇ ਪਾਸੋਂ ਵੀ ਮੰਗੋ। ਬਾਬਾ ਬੁੱਢਾ ਜੀ ਨੇ ਆਖਿਆ ਸਾਰੀਆਂ ਪਾਤਸ਼ਾਹੀਆਂ ਨੇ ਪ੍ਰਭੂ ਪਿਆਰ ਦੇ ਨਾਲ ਹਿਰਦਾ ਇੰਨਾ ਭਰ ਦਿੱਤਾ ਹੈ, ਇਹਦੇ ਵਿੱਚ ਕੋਈ ਖਾਲੀ ਥਾਂ ਬਾਕੀ ਰਹੀ ਨਹੀਂ ਹੈ। ਜੇ ਕੁਛ ਖਾਲੀ ਹੋਵੇ ਥਾਂ ਤਾਂ ਮੈਂ ਕੁਛ ਮੰਗਾਂ, ਨਹੀਂ ਹੁਣ ਮੰਗਣ ਦੀ ਕੋਈ ਚਾਰ ਨਹੀਂ ਹੈ, ਇਹਦੇ ਇੱਛਾ ਮੁਕਤ ਹੋ ਜਾਣਾ ਇਹ ਵੀ ਮੁਕਤੀ ਹੈ। ਤੋ ਕਹਿੰਦੇ ਫਿਰ ਵੀ ਕੁਛ ਮੰਗੋ, ਕਹਿੰਦੇ ਫਿਰ ਇੱਕ ਮੰਗ ਹੈ, ਜਦੋਂ ਮੇਰਾ ਅੰਤ ਸਮਾਂ ਹੋਵੇ ਤੁਸੀਂ ਮੇਰੇ ਸਾਹਮਣੇ ਆਵੋ ਤਾਂ ਮੈਂ ਤੁਹਾਡੇ ਦਰਸ਼ਨ ਕਰਦਾ ਜਾਵਾਂ। ਕਹਿੰਦੇ ਫਿਰ ਵੀ ਕੁਛ ਮੰਗੋ, ਕਹਿੰਦੇ ਫਿਰ ਉਸੇ ਵੇਲੇ ਮੰਗ ਲੈਂਦਾ ਤੁਸੀਂ ਆ ਜਾਣ। ਇਹ ਸੱਜਣਾ ਬੜੇ ਤਰਮੀਨ ਗੁਣ ਪਾਈ ਬਾਬਾ ਜੀ ਨੇ ਸਵਾ ਸੌ ਵਰਖ ਫਿਰ ਸਮਾਂ ਆ ਗਿਆ। ਕਹਿੰਦੇ ਸੁਣਿਆ ਭੇਜਦੇ ਹੋ ਗੁਰੂ ਜੀ ਨੂੰ, ਤੋ ਇੱਥੇ ਸੁਣਿਆ ਭੇਜਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ, ਸਤਿਗੁਰੂ ਮਹਾਰਾਜ ਆਪ ਹੀ ਪਹੁੰਚ ਗਏ, ਸ੍ਰੀ ਹਰਗੋਬਿੰਦ ਤੋਂ ਅਰਦਾਸ ਕੇ ਆਪ ਪਹੁੰਚ ਗਏ। ਤੋ ਉਸ ਵੇਲੇ ਭੂਮਾਸਨ ਲੱਗਾ ਹੋਇਆ ਸੀ, ਗੁਰੂ ਮਹਾਰਾਜ ਜੀ ਦਾ ਉੱਠ ਕੇ ਸਤਿਕਾਰ ਕਰਨਾ ਚਾਹਿਆ, ਪਰ ਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਤੁਸੀਂ ਇਸ ਤਰ੍ਹਾਂ ਬੈਠੇ ਰਹੋ, ਤੁਹਾਡੇ ਨਾਲ ਕੁਛ ਬਚਨ ਕਰਨੇ ਨੇ ਅਤੇ ਤੁਹਾਡੀ ਲੰਬੀ ਉਮਰ ਦੇ ਤਜਰਬੇ ਦੇ ਵਿੱਚੋਂ ਅਸਾਂ ਵੀ ਕੁਛ ਪ੍ਰਸ਼ਾਦ ਲੈਣਾ ਹੈ। ਇੱਕ ਗੱਲ ਦੱਸੋ, ਇਹ ਜਿਹੜਾ ਸਮਾਂ ਨਹੀਂ ਕੁਛ ਪਲ ਪਾਲ ਆਉਣ ਵਾਲਾ ਹੈ, ਇਹ ਸਰੀਰ ਤੋਂ ਪ੍ਰਾਣ ਨਿਆਰੇ ਹੋ ਜਾਣੇ ਨੇ, ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਡੇ ਲਈ ਇਹ ਸਮਾਂ ਕਿਸ ਤਰ੍ਹਾਂ ਦਾ ਹੈ। ਬਾਬਾ ਜੀ ਆਖਣ ਲੱਗੇ ਮੈਂ ਆਪ ਸਾਰੀ ਉਮਰ ਸੁਣਿਆ, ਸਾਰੀ ਉਮਰ ਸੰਗਤਾਂ ਨੂੰ ਸੁਣਾਇਆ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋ ਗਏ। ਦੇਖੋ ਉਸਨੂੰ ਬੜੀਆਂ ਵਾਟਾਂ ਪੈ ਗਈਆਂ, ਕਦੀ ਬਾਰਸ਼ ਦੀ ਗੂੰਜ ਬਣ ਗਿਆ, ਕਦੀ ਤੇਲ ਦਾ ਤੁੱਕਾ ਬਣ ਗਿਆ, ਕਦੀ ਘੱਟ ਦਾ ਹੰਝੂ ਵੀ ਬਣ ਗਿਆ। ਤੋ ਜਦੋਂ ਕਦੀ ਵਿੱਚ ਜਾ ਰਿਹਾ ਹੈ ਹੁਣ ਉਹ ਕਤਰਾ ਨਹੀਂ ਰਹੇਗਾ, ਸਮੁੰਦਰ ਹੋ ਜਾਏਗਾ, ਉਹਦੀ ਖੁਸ਼ੀ ਦਾ ਕੀ ਕੋਈ ਅੰਦਾਜ਼ਾ ਹੋ ਸਕਦਾ ਹੈ। ਗੁਰੂ ਮਹਾਰਾਜ ਜੀ ਆਖਣ ਲੱਗੇ ਧੰਨ ਹੋ, ਤੁਹਾਡੇ ਵਰਗੇ ਜਿਹੜੇ ਬ੍ਰਹਮ ਗਿਆਨੀ ਨੇ ਉਹੀ ਇਹੋ ਜਿਹਾ ਸੰਦੇਸ਼ ਇਸ ਦੁਨੀਆ ਨੂੰ ਦੇ ਸਕਦੇ ਨੇ। ਪਰ ਫਿਰ ਇੱਕ ਗੱਲ ਰਹਿੰਦੀ ਹੈ, ਤੁਸੀਂ ਆਖਿਆ ਸੀ ਮੈਂ ਉਸ ਵੇਲੇ ਕੁਛ ਮੰਗ ਲਵਾਂਗਾ, ਅਤੇ ਉਹ ਹੁਣ ਸਮਾਂ ਸਮਾਪਤ ਹੋਣ ਵਾਲਾ ਹੈ ਅਤੇ ਉਹ ਤੁਸੀਂ ਮੰਗ ਲਓ ਆਪਣੇ ਵੱਡੇ ਪੁੱਤਰ ਨੂੰ। ਸਿੰਪਲ ਪੁੱਛ ਰਹੇ ਨੇ ਬਾਬਾ ਜੀ ਕੀ ਕਰੀਏ ਇਸ ਝਾੜੂ ਦਾ,
ਬਾਬਾ ਬੁੱਢਾ ਜੀ ਆਖਿਆ ਸਤਿਗੁਰੂ ਜੀ ਦਾਸ ਉੱਤੇ ਕਿਰਪਾ ਪਾਰ ਹੋਵੇ, ਮੈਂ ਤਾਂ ਸਦਾ ਹੀ ਮੰਗਿਆ ਇਸ ਦਰ ਤੋਂ ਪੂਰੀ ਝਾੜੂ ਮੁਖੋਂ ਬਚਣੀ ਏਦਾਂ ਬਖਸ਼ਣਹਾਰ ਹੋਵੇ ਸਦਾ ਮੇਰੀ ਇਹ ਯਾਦ ਔਲਾਦ ਅੱਜ ਤੋਂ ਗੁਰੂ ਨਾਨਕ ਦੀ ਝਾੜੂ ਪ੍ਰਕਾਰ ਹੋਵੇ ਗੁਰੂ ਨਾਨਕ ਦੀ ਝਾੜੂ ਪ੍ਰਕਾਰ ਗੁਰ ਕੀ ਚਾਕਰੀ ਸੇਵਾ ਮੈਂ ਸਦਾ ਕੀਤੀ ਆਪਣੀ ਆਪ ਔਲਾਦ ਵਾਸਤੇ ਵਿੱਚ ਦੁਨੀਆਂ ਸਿਰ ਕਮਾਈਏ ਤਾਂ ਦਰ ਗਿਆ ਬੈ ਸਿਰ ਪਾਈਏ ਕਹ ਨਾਨਕ ਬਾਹਰ ਲੜਾਈਏ ਕਹ ਨਾਨਕ ਕਦੇ ਕਿਸੇ ਫੁੱਲ ਦੇ ਵਿਯੋਗ ਅੰਦਰ ਦਿਨ ਜਿਸ ਵਕਤ ਕੋਈ ਐਸੀ ਪਿਆਰੀ ਯਾਦ ਆਉਂਦੀ ਹੈ ਅੱਜ ਵੀ ਅਸਾਂ ਦੇਖਿਆ ਛਲਕਦੀਆਂ ਵੇਖੀਆਂ ਨੇ ਗੁਰੂ ਮਹਾਰਾਜ ਕਿਰਪਾ ਕਰੇ ਉਸ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਉਹਨਾਂ ਲਈ ਸਤਨਾਮ ਕਰਤਾ ਪੁਰਖ ਜੁਗਾਜ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਗੁਰੂ ਘਰ ਦੇ ਪਿਆਰ ਵਾਲੇ ਸਰਦਾਰ ਸੁਰਿੰਦਰ ਸਿੰਘ ਜੀ ਕਲਸੀ ਦੀ ਪਵਿੱਤਰ ਯਾਦ ਵਿੱਚ ਜੁੜ ਬੈਠੇ ਹੋ। ਇਹ ਪ੍ਰਕਿਰਤੀ ਦਾ ਅਟਲ ਨਿਯਮ ਹੈ, ਸੰਸਾਰ ਵਿੱਚ ਜੋ ਵੀ ਆਇਆ ਹੈ ਉਸਨੇ ਸਰੀਰ ਕਰਕੇ ਜਾਣਾ ਹੈ। ਸਤਿਗੁਰੂ ਬਚਨ ਕਰਨ ਲੱਗੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾ। ਦੰਦ ਤੁਮ ਸੰਸਾਰ ਤੋਂ
संसार दुंदवान है, दिन है रात है, प्रकाश है अंधेरा है, उपजना है विनसना है, आना है जाना है, जीवन है मौत है। सतगुरु एक वचन करने लगे, दिन दे सर पर पौसी रात, रात दिन दे सर पर पौसी रात, रैन गई फिर होए प्रभात। ये प्रकृति का नियम है। संसार विच कोई कदे दैहिक रूप दे विच स्थिर नहीं रहा। हुणे आप संवाद श्रवण कर रहे सो आत्मा ते शरीर दा। शरीर भी ये सोच है कि उसका अस्तित्व सदा ले बनिया रहे, पर आत्मा परमात्मा का स्वरूप है। भगवान कृष्ण ने आत्मा के संबंध में कहा, ममई वांशो जीव लोके जीव भूता सनातन, ईश्वर अंश जीव अविनाशी। आत्मा ज्ञान का प्रतीक है। उसमें इस गल की सोची है कि मेरा अस्तित्व संसार दे विच उस परिपूर्ण परमात्मा के हुक्म दे विच है। उसने कहा, जिचर रखे तिचर तुम संग रहना, जहां सदे का ऊठ सिधाशा है, आया सदा पार ब्रह्म का छोड़ चलिया एक ध्यान। ये परमेश्वर का हुक्म है। परमेश्वर के हुक्म दे विच ही संसार दे विच जीवां दा आना ते जीवां दा जाना। सतगुरु एक वचन करने लगे, ए तो रचन रचिया करतार, आवत जावत हुक्म अपार। भगत रविदास ने एक चिंतन किया, कहने लगे संसार विच हर वो जिहड़ा जीव आया है उसके जान का समा निश्चित है। मरण लिखाए मंडल में आए। सतगुरां ने इस विचार की प्रौढ़ता की। भगत रविदास कहने लगे, जदों वो दिन आ गया जिस दिन तू जाना है, जो दिन आवे सो दिन जाही, जदों वो दिन आ गया उस दिन जाना है, करना कुछ रहन थिर नाही। संसार में किसी ने स्थिर नहीं रहना। बाबे फरीद ने कहा, शेख आयाती जग न कोई थिर रहा, जिस आसन हम वैसे किते बैठ गया। इस संसार में कदे कोई सदीवी स्थिर नहीं रहा। जो दिन आवे सो दिन जाही, करना कूच रहन थिर नाही। कहने लगे, संग चलत है हम भी चलना। ये जीवन के यथार्थ स्वरूप का चिंतन है। एक सवाल किया यक्ष ने युधिष्ठिर तो, कहने लगे संसार में सब तो वड़ी हैरानी वाली केड़ी गल है। कुछ सवाल हैं संसार में, कदे कोई हमेशा नहीं जीवित रहा। इस सवाल का भी जवाब देता। कहने लगे, चलम चित्तम चलम मित्तम चले गच्छति यौवने, चला चलम इदम सर्वम कीर्ति यस्य सजीवति। सब कुछ चले जाण वाला है। जो कुछ असी इन्हां दो नेत्रा करके वेखदे हाँ, ये चलायमान है। पर एक वो प्राणी संसार दे विच जिसकी कीरत बनी हुई है, जिसका यशोगान है,
ਉਹ ਸੰਸਾਰ ਵਿੱਚ ਜਾਣ ਤੋਂ ਬਾਅਦ ਵੀ ਜੀਵਤ ਰਹਿੰਦਾ ਹੈ ਤੇ ਕੀਰਤੀ ਤਾਂ ਹੀ ਹੋਏਗੀ ਜੇ ਜੀਵਨ ਦੇ ਵਿੱਚ ਮਨੁੱਖ ਚੰਗੇ ਕਰਮ ਕਰੇਗਾ ਕੁਝ ਭਲਾਈ ਦੇ ਕਰਮ ਕਰੇਗਾ ਪਰਮੇਸ਼ਵਰ ਨਾਮ ਨੂੰ ਚੇਤੇ ਰੱਖੇਗਾ ਅਜਿਹੇ ਪੁਰਖਾਂ ਦੀ ਸੰਸਾਰ ਦੇ ਵਿੱਚ ਕੀਰਤੀ ਰਹਿੰਦੀ ਹੈ ਕਹਿਣ ਲੱਗੇ ਸਭ ਤੋਂ ਵੱਡੀ ਹੈਰਾਨੀ ਵਾਲੀ ਕਿਹੜੀ ਗੱਲ ਕਹਿਣ ਲੱਗੇ ਅਸੀਂ ਵੇਖਦੇ ਹਾਂ ਕੋਈ ਦੋਸਤ ਮਿੱਤਰ ਪਿਆਰਾ ਸੰਬੰਧੀ ਰਿਸ਼ਤੇਦਾਰ ਕੋਈ ਆਤਮੀ ਅਜਨ ਕੋਈ ਸਵਜਨ ਕੋਈ ਆਪਣਾ ਜਿਸ ਦੇ ਨਾਲ ਅਸੀਂ ਪ੍ਰੇਮ ਇੱਕ ਅੰਗਰੇਜ਼ ਵਿਦਵਾਨ ਹੋਏ ਉਹਨਾਂ ਨੇ ਮੌਤ ਨੂੰ ਵੀ ਚੈਲੇਂਜ ਕੀਤਾ ਕਿੰਨੇ ਮੈਂ ਇਸ ਗੱਲ ਨੂੰ ਸਮਝਦਾ ਹਾਂ ਸੰਸਾਰ ਵਿੱਚ ਜੋ ਆਇਆ ਹੈ ਉਸ ਨੇ ਜਾਣਾ ਹੈ ਇਟ ਇਜ਼ ਓਨਲੀ ਡੈਥ ਵਿੱਚ ਕੰਪੈਲਸ ਅ ਮੈਨ ਟੂ ਥਿੰਕ ਅਬਾਊਟ ਦੀ ਇੰਪੋਰਟੈਂਸ ਆਫ ਲਾਈਫ ਮੌਤ ਦੇ ਕਰਕੇ ਹੀ ਮਨੁੱਖ ਜੀਵਨ ਦੀ ਮਹੱਤਤਾ ਨੂੰ ਸਮਝਦਾ ਹੈ ਸਤਿਗੁਰਾਂ ਨੇ ਵੀ ਇਸੇ ਵਿਚਾਰ ਦੀ ਦ੍ਰਿੜਤਾ ਬਾਰ ਬਾਰ ਕਰਵਾਈ ਇਸ ਗੱਲ ਦਾ ਨਿਸ਼ਚਾ ਕਰਵਾਇਆ ਕਿ ਤੂੰ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ ਔਰ ਉਹ ਦਿਨ ਬਹੁਤ ਨੇੜੇ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਜਗ੍ਹਾ ਬਚਨ ਕੀਤਾ ਕਹਿਣ ਲੱਗੇ ਆਜ ਕਾਲ ਫੁਨ ਤੋਇ ਗ੍ਰਸ ਹੈ ਸਮਝ ਰੱਖੋ ਚੀਤ ਹਰ ਮਨੁੱਖ ਵੇਖਦਾ ਹੈ ਸਮਝਦਾ ਹੈ ਇਸ ਗੱਲ ਨੂੰ ਜਾਣਦਾ ਹੈ ਕਿ ਉਸਨੇ ਜਾਣਾ ਹੈ ਜਾਣ ਦੇ ਸਮੇਂ ਦਾ ਉਸਨੂੰ ਗਿਆਨ ਨਹੀਂ ਪਰ ਇੱਕ ਗੱਲ ਤੇ ਨਿਸ਼ਚਿਤ ਹੈ ਨਾ ਕਿ ਜਿਤਨਾ ਜੀਵਨ ਦਾ ਸਮਾਂ ਹੈ ਉਸ ਦੇ ਵਿੱਚੋਂ ਸਮਾਂ ਬਤੀਤ ਹੋ ਰਿਹਾ ਹੈ ਔਰ ਨਿਰੰਤਰ ਸਵਾਸਾਂ ਦੀ ਪੂੰਜੀ ਘੱਟ ਰਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਬਚਨ ਕਰਨ ਲੱਗੇ ਕਹਿਣ ਲੱਗੇ ਮਨ ਰੇ ਕਹਾ ਭਇਓ ਤੈਨ ਬੋਰਾ ਅਹਿਨਸ ਔਤ ਘਟ ਹੈ ਨਹੀਂ ਜਾਣੈ ਭਇਓ ਲੋਭ ਸਭ ਹੋਰਾ ਇਹ ਮਨ ਤੂੰ ਬਾਬਰਾ ਹੋਇਆ ਕਰਦਾ ਹੈ ਜਿਵੇਂ ਜਿਵੇਂ ਦਿਨ ਤੇ ਰਾਤ ਜਿਵੇਂ ਸਮਾਂ ਬਤੀਤ ਹੋ ਰਿਹਾ ਹੈ ਤੇਰੀ ਉਮਰ ਘਟਦੀ ਚਲੀ ਜਾ ਰਹੀ ਹੈ ਤੂੰ ਇਸ ਗੱਲ ਨੂੰ ਸਮਝਦਾ ਨਹੀਂ ਪਰ ਮਨ ਜਾਣ ਸਭ ਬਾਤ ਹਰ ਮਨੁੱਖ ਜਾਣਦਾ ਹੈ ਸਮਝਦਾ ਹੈ ਤੇ ਸਤਿਗੁਰੂ ਕਹਿਣ ਲੱਗੇ ਮਨ ਜਾਣਤ ਸਭ ਬਾਤ ਜਾਣਤ ਹੀ ਅਵਗਤ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਤੂੰ ਪਰ ਇੱਕ ਫਿਰ ਐਸੀ ਅਵਸਥਾ ਹੋ ਗਈ ਮਨੁੱਖ ਦੇ ਹੱਥ ਵਿੱਚ ਦੀਵਾ ਹੋਵੇ ਪ੍ਰਕਾਸ਼ ਦਾ ਸਰੋਤ ਵੀ ਹੋਵੇ ਤੇ ਸਾਹਮਣੇ ਖੂਹ ਹੋਵੇ ਤੇ ਉਹ ਖੂਹ ਨਜ਼ਰ ਨਾ ਆਵੇ ਜੀਵਨ ਦਾ ਸਮਾਂ ਤੇ ਘਟਦਾ ਚਲਾ ਜਾ ਰਿਹਾ ਹੈ ਔਦ ਘਟ ਹੈ ਦਿਨ ਸਿਰੇ ਨਾ ਰੇ ਮਨ ਗੁਰ ਮਿਲ ਕਾਜ ਸਵਾਰੇ ਜਿਵੇਂ ਜਿਵੇਂ ਦਿਨ ਤੇ ਰਾਤ ਬੀਤ ਰਹੇ ਹਨ ਦਿਨ ਤੇ ਰਾਤ ਦੇ ਬੀਤਣ ਦੇ ਨਾਲ ਹੀ ਤੇਰੀ ਉਮਰ ਘਟਦੀ ਚਲੀ ਜਾ ਰਹੀ ਹੈ ਬਲਕਿ ਛਣ ਪ੍ਰਤੀ ਛਣ ਤੇਰੀ ਉਮਰ ਘਟਦੀ ਚਲੀ ਜਾ ਰਹੀ ਹੈ ਇੱਕ ਵਚਨ ਆਇਆ ਸ਼ਾਸਤਰ ਦੇ ਵਿੱਚ ਅਰੇ ਵਦ ਹਰੇ ਰਨਾਮ ਛੇ ਮਦਹਾਮ ਛਣੇ ਛਣੇ ਯਦਿ ਸ਼ਵਾਸੋ ਬਹਿਰ ਯਾ ਕਹੋ ਕੋ ਵਿਸ਼ਵਾਸੋ ਨਿਵਰਤਨੇ ਜਿਹੜਾ ਸਾਹ ਬਾਹਰ ਆਇਆ ਇਹ ਸਾਹ ਅੰਦਰ ਵਾਪਸ ਪਰਤੇਗਾ ਜਾਂ ਨਹੀਂ ਪਰਤੇਗਾ ਇਸ ਗੱਲ ਦਾ ਵੀ ਕੋਈ ਭਰੋਸਾ ਨਹੀਂ ਇਸੇ ਲਈ ਸਤਿਗੁਰਾਂ ਨੇ ਕਿਹਾ ਹਰ ਜਪਦੇ ਹਾਂ ਇੱਕ ਫਿਨ ਤਿਲ ਨਾ ਕੀਚੈ ਮੇਰੀ ਜਿੰਦੜੀ ਏ ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਰਾਹ ਉਮਰ ਘਟ ਰਹੀ ਹੈ ਔਤ ਘਟੈ ਦਿਨ ਸਿਰੈ ਨਾ ਰੇ ਮਨ ਗੁਰ ਮਿਲ ਕਾਜ ਸਵਾਰੇ ਮਨ ਨੂੰ ਸੰਬੋਧਨ ਕੀਤਾ ਹੇ ਮਨ ਤੂੰ ਆ ਜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ ਗੁਰੂ ਦੇ ਨਾਲ ਮਿਲ
ਸਾਜ ਦੀ ਗੱਲ ਕੀਤੀ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਗੀ ਇਹ ਤੇਰੀ ਬਰੀਆ ਔਰ ਕਾਂ ਜਿੱਤੇ ਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸੰਸਾਰ ਦੇ ਵਿੱਚ ਰਹਿੰਦੇ ਹੋਏ ਮਨੁੱਖ ਸੰਸਾਰ ਦੇ ਸਾਰੇ ਕਾਰ ਵਿਹਾਰ ਕਰਦਾ ਹੈ ਔਰ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਦੇ ਕਾਰ ਵਿਹਾਰ ਜ਼ਰੂਰੀ ਵੀ ਹਨ ਪਰ ਕਿਤੇ ਅਜਿਹਾ ਨਾ ਹੋਏ ਜਿਹੜਾ ਮੁੱਖ ਕਾਰਜ ਹੈ ਉਹ ਤੂੰ ਭੁੱਲ ਜਾਏ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾਮ ਕੇਵਲ ਤੇ ਕੇਵਲ ਪਰਮੇਸ਼ਵਰ ਦਾ ਨਾਮ ਜਪਣਾ ਹੈ ਤੇਰੇ ਜੀਵਨ ਦਾ ਮਨੋਰਥ ਹੋਏ ਜੀਵਨ ਦਾ ਲਕਸ਼ ਹੋਏ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਦੇ ਕੰਮ ਕਾਜ ਕਰਦੇ ਹੋਏ ਤੂੰ ਪਰਮੇਸ਼ਵਰ ਨਾਮ ਨੂੰ ਨਾ ਵਿਸਾ ਕਹਿਣਗੇ ਫਿਰ ਦਰਗਾਹ ਦੇ ਵਿੱਚ ਉਸਨੂੰ ਸੁੱਖ ਵੀ ਮਿਲੇਗਾ ਜਿਹੜਾ ਪਰਮੇਸ਼ਵਰ ਦਾ ਨਾਮ ਜਪੇਗਾ ਕਹੋ ਨਾਨਕ ਸੋਈ ਨਾਲ ਸੁਖੀਆ ਰਾਮ ਨਾਮ ਗੁਣ ਗਾਵੇ ਉਸ ਪੁਰਖ ਨੂੰ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਮਿਲੇਗਾ ਜਿਸਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਜਪ ਕੀਤਾ ਹੈ ਪਰਮੇਸ਼ਵਰ ਨਾਮ ਦੀ ਆਰਾਧਨਾ ਕੀਤੀ ਹੈ ਜੀਵਨ ਦੇ ਵਿੱਚ ਸਤਸੰਗਤ ਕੀਤੀ ਹੈ ਭਗਤ ਰਵਿਦਾਸ ਦੀ ਸ਼ਬਦ ਦਾ ਚਿੰਤਨ ਕਰ ਰਹੇ ਸਾਂ ਭਗਤ ਰਵਿਦਾਸ ਦੁਆਰਾ ਉਚਾਰਨ ਕੀਤੇ ਹੋਏ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਅਭੀ ਚਲਨ ਇਹ ਜੀਵਨ ਦਾ ਯਥਾਰਥ ਹੈ ਯੁਧਿਸ਼ਠਿਰ ਨੂੰ ਜਦੋਂ ਪੁੱਛਿਆ ਕਿ ਸੰਸਾਰ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਕਹਿਣ ਲੱਗਾ ਅਹਨੀ ਨਾਹਨੀ ਬਹੁਤਾਨੀ ਗੱਛਤੀ ਯਮਾਲਯਮ ਸ਼ੇਸ਼ਾ ਸਥਾਵਰ ਵਿਛਤੀ ਹਿਮ ਆਸ਼ਚਰਯਮ ਪਰਮ ਜਦੋਂ ਤੋਂ ਜੀਵਨ ਵਿੱਚ ਅਸੀਂ ਹੋਸ਼ ਸੰਭਾਲੀ ਸਾਡੇ ਵੇਖਦੇ ਬਹੁਤ ਸਾਰੇ ਲੋਕ ਸਾਡੇ ਸੁਨੇਹੀ ਸਭ ਦੂਰ ਚਲੇ ਗਏ ਔਰ ਉਹਨਾਂ ਦਾ ਜਾਣਾ ਸਾਡੇ ਲਈ ਇੱਕ ਸੰਦੇਸ਼ ਪਰ ਜੀਵਨ ਵਿੱਚ ਮਨੁੱਖ ਉਸ ਸੰਦੇਸ਼ ਨੂੰ ਨਾ ਸਮਝ ਸਕਿਆ ਇਸ ਤੋਂ ਵੱਡੀ ਹੋਰ ਹੈਰਾਨੀ ਵਾਲੀ ਕੋਈ ਗੱਲ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਇਹ ਗੱਲ ਕਹੀ ਸਾਧੋ ਰਚਨਾ ਰਾਮ ਬਣਾਈ ਇੱਕ ਬਿਨ ਸਹਿ ਇੱਕ ਅਸਥਿਰ ਮਨ ਹੈ ਅਚਰਜ ਰੱਖਿਓ ਨਾ ਜਾਈ ਇਸ ਅਸਚਰਜ ਲੀਲਾ ਨੂੰ ਸਮਝਿਆ ਨਹੀਂ ਜਾ ਸਕਦਾ ਇੱਕ ਤੇ ਚਲੇ ਗਏ ਪਰ ਇੱਕ ਸੰਸਾਰ ਵਿੱਚ ਆਪਣੇ ਆਪ ਨੂੰ ਸਥਿਰ ਮੰਨੀ ਬੈਠੇ ਸੰਸਾਰ ਤੋਂ ਜਾਣਾ ਜੀਵਨ ਦਾ ਯਥਾਰਥ ਹੈ ਸੰਗ ਚਲਤ ਹੈ ਹਮ ਹੀ ਚਲਣਾ ਦੂਰ ਗਵਨ ਬਹੁਤ ਦੂਰ ਜਾਣਾ ਜਿਸ ਦੂਰੀ ਦੇ ਸੰਬੰਧ ਵਿੱਚ ਸਤਿਗੁਰਾਂ ਨੇ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੇ ਵਿੱਚ ਵਚਨ ਕੀਤਾ ਜਿਹ ਮਾਰਗ ਕੇ ਗਨੀ ਜਾਹਿ ਨ ਕੋਸਾ ਹਰ ਕਾ ਨਾਮ ਹੁਆ ਸੰਗ ਤੋਸਾ ਦੂਰ ਗਵਨ ਜਾਣਾ ਬਹੁਤ ਤੇ ਕਾਲ ਸਿਰ ਤੇ ਮੰਡਰਾ ਰਿਹਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਹ ਆਣਾ ਇਹ ਆਣੀ ਇਹ ਅਣਜਾਣ ਪੁਰਖ ਤੂੰ ਮੋਹ ਦੀ ਜਿੰਦਾ ਵਿੱਚ ਸੁੱਤਾ ਪਿਆ ਹੈ ਜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਵਚਨ ਕੀਤਾ ਕਹਿਣ ਲੱਗੇ ਜਾਗਦੇ ਹੋ ਰੇ ਮਨਾ ਜਾਗਦੇ ਹੋ ਕਹਿੰਦਾ ਪੁਲਿਸ ਹੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਸੰਸਾਰ ਵਿੱਚ ਜਦੋਂ ਜੀਵ ਆਤਮਾ ਆਈ ਤੇ ਉਸ ਵੇਲੇ ਸਰੀਰ ਦਾ ਸਾਥ ਪ੍ਰਾਪਤ ਹੋਇਆ ਔਰ ਸਰੀਰ ਦੇ ਰਹਿਣ ਕਰਕੇ ਸੰਸਾਰ ਵਿੱਚ ਮਨੁੱਖ ਸਾਰੇ ਕਰਮ ਕਰ ਸਕਿਆ
ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਨੇ ਤੇ ਸਰੀਰ ਨੂੰ ਵੀ ਸੰਬੋਧਨ ਕਰਕੇ ਕਿਹਾ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਗਏ, ਕਿਆ ਤੁਧ ਹੈ, ਸੋ ਜਵਾਨ ਹੈ, ਇਸ ਗੱਲ ਦਾ ਪਤਾ ਹੈ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ, ਪਰ ਜੋ ਕੁਝ ਵੀ ਕਰਨਾ ਹੈ ਕਰਨ ਦਾ ਨਿਮਿਤ ਤੇ ਸਰੀਰ ਹੀ ਹੈ। ਔਰ ਗੁਰੂ ਅਮਰਦਾਸ ਮਹਾਰਾਜ ਹੁਕਮ ਆਇਆ, ਦੁੱਧ ਸਰੀਰਾ ਜਾ ਤੂੰ ਜਗ ਮੈਂ ਆਇਆ। ਸਤਿਗੁਰੂ ਕਹਿਣ ਲੱਗੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਦਾ ਪੁਰਸ ਹੋਇਆ, ਜਦੋਂ ਆਇਆ ਸੀ ਤੇ ਸਰੀਰ ਨਾਲ ਸੀ, ਪਰ ਜਾਣ ਲੱਗਿਆ ਇਹ ਸਰੀਰ ਵੀ ਜੋ ਜਾਣੂ ਚਤੁਰ ਸਜਾਨ, ਇਹ ਤਨ ਦੀ ਸੰਰਚਨਾ ਹੈ, ਇਹ ਪੰਜੇ ਤੱਤ ਆਪਣੇ ਆਪਣੇ ਤੱਤ ਦੇ ਵਿੱਚ ਵਿਲੀਨ ਹੋ ਗਏ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲਜਾਇਆ, ਉਹਨਾਂ ਦੇ ਜਾਣ ਦਾ ਦੁੱਖ ਪਰਮਾਤਮਾ ਸਰੂਪ ਹੈ। ਸੁਭਾਵਕ ਹੈ ਚੜ੍ਹਦੀ ਕਲਾ ਤਿਲ ਨਹੀਂ ਕੀਮਤ ਜਾਣੀ।
ਸੰਤਾ ਨੇ ਹੋਏ ਜਬੀਜ ਹਮ ਤੁਮ ਕਛ ਹੋਤੇ ਕਿਨਕੀ ਬਾਤ ਪਿਲਾਨੀ ਅਲੰਕਾਰ ਮਿਲਤਾ ਦੀ ਹੋਈ ਮੁੰਡੇ ਰੋਕ ਰੋਕ ਪੂਛੇ ਤੇਰਾ ਹਮ ਸਫ਼ਰ ਕਹਾਂ
ਸ਼ਾਮਿਲ ਹੋਏ। ਸਮਰਾਟ ਸੁਰਿੰਦਰ ਸਿੰਘ ਦਾ ਜੀਵਨ ਇੱਕ ਨੇਕ ਇਨਸਾਨ ਵਾਲਾ ਸਾਡੇ ਗੁਰੂ ਸਾਹਿਬਾਨ ਦੇ ਦੇਸ਼ਾਂ ਵਿੱਚ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਬਿਤਾਇਆ। ਮਿੱਠਤ ਨੀ ਨਾਮ ਦਾ ਬਹੁਤ ਚੰਗਿਆਈਆਂ ਦਾ ਇੱਕ ਮੁਕਾਮ 'ਤੇ ਪਹੁੰਚੇ, ਇੱਕ ਸਟੇਜ 'ਤੇ ਆ ਕੇ ਬਹੁਤ ਨਿਮਰਤਾ ਰੱਖ ਸਕਣਾ, ਮਿੱਠਤ ਆਪਣੇ ਮਨ 'ਚ ਵਸਾ ਸਕਣਾ, ਸਾਰਿਆਂ ਨੂੰ ਆਪਣੇ ਘੇਰੇ ਦੇ ਸਾਥੀਆਂ ਨੂੰ ਬਹੁਤ ਵੱਡਾ ਘੇਰਾ ਕਰੰਸੀ ਕਰਵਾ ਦਿੱਤਾ, ਉਹਨਾਂ ਨੂੰ ਪਿਆਰ ਦੇ ਸਕਣਾ, ਛੋਟਿਆਂ ਨੂੰ ਸਤਿਕਾਰ ਲੈ ਸਕਣਾ ਅਤੇ ਹਰ ਥਾਂ ਹਾਜ਼ਰ ਹੋ ਸਕਣਾ। ਇਹ ਸੀ ਸਾਡਾ ਵੀ ਸੁਰਿੰਦਰ ਸਿੰਘ, ਜਿਹਨਾਂ ਦੀ ਯਾਦ ਅਜੇ ਵੀ ਇਸ ਕਵਿਤਾ ਬਹੁਤ ਸਾਡੇ ਮਨਾਂ 'ਚ ਉਸੇ ਤਰ੍ਹਾਂ ਕਰਦਾ। ਬਹੁਤ ਪੁਰਾਣੇ ਸਮੇਂ ਦੀ ਮੈਨੂੰ ਯਾਦ ਆਉਂਦੀ ਹੈ, ਵੰਡ ਦੇ ਵੇਲੇ ਬਹੁਤ ਸਾਰੇ ਲੱਖਾਂ ਪਰਿਵਾਰ ਆਪਣੀ ਧਰਤੀ ਛੱਡ ਕੇ ਇੱਧਰ ਤੁਹਾਡੇ ਤੋਂ ਵੀ ਮੈਂ ਦੇਖਣਾ ਬਹੁਤ ਸਾਰੇ ਇਸ ਤਰ੍ਹਾਂ ਦੇ ਸੱਜਣ ਹੈਗੇ ਜਾਂ ਉਹਨਾਂ ਦੇ ਬਜ਼ੁਰਗ ਜਿਹੜੇ ਉਸ ਥਾਂ ਨੂੰ ਬਿਨਾਂ ਬਹੁਤ ਵਸੀਲਿਆਂ ਬੜੇ ਘੱਟ ਵਸੀਲੇ ਸੀ ਉਹ ਉਦੋਂ ਆਏ। ਉਹਨਾਂ ਤੋਂ ਬਹੁਤ ਸਾਰਿਆਂ ਨੇ ਕਈਆਂ ਨੂੰ ਬਹੁਤ ਅੱਗੇ ਵਧੇ, ਬਹੁਤ ਤਰੱਕੀ ਕੀਤੀ ਅਤੇ ਆਪਣੇ ਪਰਿਵਾਰ ਨੂੰ ਬਹੁਤ ਉਚਾਈਆਂ ਤੋਂ ਲੈ ਗਏ। ਉਹਨਾਂ ਤੋਂ ਇੱਕ ਸੀ ਕਲਸੀ ਪਰਿਵਾਰ ਤੋਂ ਵੀ ਸਰਕਾਰੀ ਰੂਪ ਸਰਕਾਰ ਮਦਰ ਸਿੰਘ, ਜਿਹਨਾਂ ਦਾ ਮੇਰੇ ਪਿਤਾ ਜੀ ਨਾਲ ਛੋਟੇ ਹੁੰਦਿਆਂ ਨੂੰ ਬੜਾ ਯਾਦ ਹੈ, ਬਹੁਤ ਉਹਨਾਂ ਨਾਲ ਉਹਨਾਂ ਦਾ ਪਿਆਰ। ਉਹਨਾਂ ਨੇ ਆਪਣੇ ਸਿਦਕ ਨਾਲ, ਇਮਾਨਦਾਰੀ ਨਾਲ, ਮਿਹਨਤ ਨਾਲ, ਲਗਨ ਨਾਲ ਉਹਨਾਂ ਨੇ ਇੱਕ ਛੋਟੇ ਜਿਹੇ ਕੰਮ ਨੂੰ ਇੱਕ ਬਹੁਤ ਵੱਡਾ ਆਪਣੀ ਉਮਰ ਅਧਾਰ ਬਣਾ। ਉਸ ਤੋਂ ਬਾਅਦ ਉਹਨਾਂ ਦੇ ਵਰਗਾਮ ਕਲਾਸ ਹੋਣ ਤੋਂ ਬਾਅਦ ਕਲਸੀ ਪਰਿਵਾਰ ਸਰਦਾਰ ਮਨਮੋਹਨ ਸਿੰਘ ਜਿਹੜੇ ਵੱਡੇ ਵੀਰ ਹੈ, ਜਿਹਨੇ ਮੇਰੇ ਛੋਟੇ ਵੀ ਬਾਲ ਹੋਣਾ ਜ਼ਿਕਰ ਕੀਤਾ, ਉਹਨਾਂ ਦੀ ਗਾਈਡੈਂਸ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਰਜਿੰਦਰ ਸਿੰਘ ਹੋਣਾ ਬੜੀ ਮਿਹਨਤ, ਮੈਂ ਸਮਝਦਾ ਇਸ ਮਿਹਨਤ ਪਿੱਛੇ ਉਹਨਾਂ ਦੇ ਪਿਤਾ ਦਾ, ਉਹਨਾਂ ਦੀ ਮਾਤਾ ਦਾ ਉਹ ਆਸ਼ੀਰਵਾਦ
ਜਿਹਨਾਂ ਨੇ ਉਹਨਾਂ ਨੂੰ ਜ਼ਿੰਦਗੀ ਵਿਚਰਦਿਆਂ ਕੰਮ ਕਰਦਿਆਂ ਮਿਹਨਤ ਕਰਦਿਆਂ ਦੇਖਿਆ ਸੀ ਅਤੇ ਸਭ ਤੋਂ ਵੱਡੀ ਜਿਹੜਾ ਆਸ਼ੀਰਵਾਦ ਇਸ ਪਰਿਵਾਰ ਨੂੰ ਮਿਲਿਆ ਉਹ ਸੀ ਇਹਨਾਂ ਦੀ ਮਿਹਨਤ ਅਤੇ ਇਸ ਤੋਂ ਵੀ ਉੱਤੇ ਆਪਸ ਵਿੱਚ ਇਹਨਾਂ ਦਾ ਪਿਆਰ ਸਾਰੇ ਸ਼ਹਿਰ ਜਿੱਥੇ ਕਿਤੇ ਵੀ ਇਹ ਉੱਤੇ ਸਮਾਜਿਕ ਤੌਰ 'ਤੇ ਹੋਰ ਸਾਰੇ ਫੰਕਸ਼ਨਾਂ ਨੇ ਅਤੇ ਇਸ ਗੱਲ ਦਾ ਪ੍ਰਭਾਵ ਹਮੇਸ਼ਾ ਇਹ ਬਣਿਆ ਰਿਹਾ ਕਿ ਇਹ ਮਿਹਨਤੀ ਪਰਿਵਾਰ ਹੈ ਇਸ ਨੇ ਜਲੰਧਰ ਦਾ ਨਾਮ ਆਪਣੇ ਇਹਨਾਂ ਭਰਾਵਾਂ ਨੇ ਪਿਆਰੇ ਭਰਾਵਾਂ ਨੇ ਜਲੰਧਰ ਦਾ ਨਾਮ ਹੀ ਛੋਟੇ ਜਿਹੇ ਕੰਮ ਸ਼ੁਰੂ ਕਰਨ ਤੋਂ ਬਾਅਦ ਇਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਹਿੰਦੁਸਤਾਨ ਇਹਨਾਂ ਦਾ ਨਾਮ ਹੈ ਜਲੰਧਰ ਵਾਸੀਆਂ ਨੇ ਸਾਨੂੰ ਸਭ ਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਿਹਾ ਕਿ ਕਲਸੀ ਪਰਿਵਾਰ ਨੇ ਇਸ ਸ਼ਹਿਰ ਦੀ ਸ਼ਾਨ ਨੂੰ ਬਹੁਤ ਉੱਚਾ ਜਿਹੜਾ ਕੀਤਾ ਇਸ ਤਰ੍ਹਾਂ ਦਾ ਜਿਹੜਾ ਪਿਆਰ ਜੋ ਇਹਨਾਂ ਦੇ ਪਰਿਵਾਰ ਸੀ ਇਹੀ ਪਿਆਰ ਸੁਰਿੰਦਰ ਸਿੰਘ ਹੋਰਾਂ ਨੇ ਅਤੇ ਦੂਸਰੇ ਭਾਈਆਂ ਨੇ ਆਪਣੀ ਸਾਰੀ ਉਮਰ ਉਹਨਾਂ ਨੇ ਇਹ ਪਿਆਰ ਦਿੰਦੇ ਜਿੱਥੇ ਕਿਤੇ ਵੀ ਜਾਣ ਦੀ ਜ਼ਰੂਰਤ ਸੀ ਉੱਥੇ ਗਏ ਜਿੱਥੇ ਕਿਤੇ ਵੀ ਕਿਸੇ ਚੀਜ਼ ਦੀ ਜ਼ਰੂਰਤ ਸੀ ਆਪਣੇ ਸਮਾਜ 'ਤੇ ਉਹ ਉਹਨਾਂ ਨਿਸ਼ਕਾਮ ਹੋ ਕੇ ਬਿਨਾਂ ਕਿਸੇ ਵੀ ਤਰ੍ਹਾਂ ਦੀ ਹੋਰ ਭਾਵਨਾ ਤੋਂ ਬਗੈਰ ਨਿਸ਼ਕਾਮ ਹੋ ਕੇ ਇਸ ਪਰਿਵਾਰ ਨੇ ਆਪਣੇ ਸਮਾਜ ਦੀ ਸੇਵਾ ਇਹ ਬਹੁਤ ਵੱਡੀ ਬਹੁਤ ਉੱਤਮ ਅਤੇ ਵਧੀਆ ਇੱਕ ਹੋਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਚਾਹੁੰਦਾ ਕਿ ਸਿਆਸਤ 'ਚ ਆਉਣ ਲਈ ਇਹਨਾਂ ਨੂੰ ਕਾਫੀ ਸੰਕੇਤ ਵੀ ਸਮੇਂ ਸਮੇਂ ਦਿੰਦੇ ਰਹੇ ਪਰ ਇਹਨਾਂ ਕਿਹਾ ਨਹੀਂ ਅਸੀਂ ਆਪਣੇ ਢੰਗ ਤਰੀਕੇ ਨਾਲ ਆਪਣੇ ਸਮਾਜ ਨਾਲ ਜੁੜੇ ਰਹਾਂਗੇ ਜਿੰਨੀ ਸਾਡੇ ਕੋਲੋਂ ਸੇਵਾ ਹੋ ਸਕਦੀ ਹੈ ਅਸੀਂ ਆਪਣੇ ਵਿੱਚ ਮੁਤਾਬਕ ਉਹ ਜ਼ਰੂਰ ਕਰਾਂਗੇ ਪਰ ਸਿਆਸਤ ਵਿੱਚ ਅਸੀਂ ਨਹੀਂ ਆਉਂਦੇ ਮੈਨੂੰ ਯਾਦ ਹੈ ਗਿਆਨੀ ਲਹਿਰ ਸਿੰਘ ਜੀ ਸਰਦਾਰ ਸਰਦਾਰ ਸਿੰਘ ਜੀ ਸੰਤੋਖ ਸਿੰਘ ਜੀ ਬੈਠੇ ਹੈ ਇਹ ਵੀ ਇਸ ਗੱਲ ਦੇ ਗਵਾਹ ਹੈ ਕਿ ਗਿਆਨੀ ਲਹਿਰ ਸਿੰਘ ਹੋਰਾਂ ਦਾ ਇਸ ਪਰਿਵਾਰ ਨਾਲ ਮਨਮੋਹਨ ਸਿੰਘ ਹੋਰਾਂ ਨਾਲ ਕੋਈ ਛੋਟੇ ਭਰਾ ਨਾਲ ਬਹੁਤ ਪਿਆਰ ਉਹ ਜਦੋਂ ਵੀ ਕਦੀ ਜਲੰਧਰ ਆਉਂਦੇ ਸੀ ਇਹਨਾਂ ਨੂੰ ਮੇਰੇ ਬਗੈਰ ਬੜਾ ਪਿਆਰ ਮੈਨੂੰ ਬੜੀ ਵਾਰ ਗੱਲਾਂ ਵੀ ਹੁੰਦੀਆਂ ਹੈਗੀਆਂ ਇਕੱਠੇ ਵੀ ਅਸੀਂ ਹੁੰਦੇ ਰਹੇ ਅਤੇ ਉਹ ਪਿਆਰ ਸਿਰਫ ਇਸ ਕਰਕੇ ਸੀ ਉਹ ਇਹਨਾਂ ਦੀ ਕਮਾਈ ਕਰਕੇ ਜਿਹੜੀ ਇਹਨਾਂ ਨੇ ਕਮਾਈ ਕੀਤੀ ਜਿਹੜੇ ਆਪਣੇ ਸਮਾਜ ਦੇ ਕੌਮ ਦੇ ਅਤੇ ਆਪਣੀ ਬਰਾਦਰੀ ਦੇ ਜਿਸ ਤਰ੍ਹਾਂ ਇਹ ਕੰਮ ਆਏ ਉਹ ਪਿਆਰ ਹੀ ਉਹਨਾਂ ਨੂੰ ਹਮੇਸ਼ਾ ਇਹਨਾਂ ਤੋਂ ਖਿੱਚ ਕੇ ਮਿਲਿਆ ਬਹੁਤ ਸਾਰੇ ਜਿਹੜੇ ਸਿਆਸਤਦਾਨ ਪੰਜਾਬ ਦੇ ਬਹੁਤ ਵੱਡੇ ਸਿਆਸਤਦਾਨ ਉਹ ਵੀ ਇਹਨਾਂ ਨਾਲ ਬਹੁਤ ਅੱਛੇ ਉਹਨਾਂ ਦੇ ਸੰਬੰਧ ਰਹੇ ਔਰ ਬੜਾ ਚੰਗਾ ਪ੍ਰਭਾਵ ਰਿਹਾ ਪਰ ਇਹਨਾਂ ਨੇ ਆਪਣੇ ਆਪ ਨੂੰ ਸਿਆਸਤ ਤੋਂ ਦੂਰੀ ਬਣਾਈ ਰੱਖੀ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸੁਰਿੰਦਰ ਸਿੰਘ ਆਪਣੇ ਜੀਵਨ 'ਚ ਉਹ ਕੁਛ ਕਰ ਗਏ ਜਿਸ ਨਾਲ ਉਹਨਾਂ ਦਾ ਜੀਵਨ ਸਫਲ ਹੋਇਆ ਮੈਂ ਸਮਝਦਾ ਕਿ ਕਲਸੀ ਪਰਿਵਾਰ 'ਚੋਂ
ਦਾ ਜਿਹੜੀ ਲੜੀ ਸੀ ਮੋਤੀਆਂ ਦੀ, ਉਹਦੇ ਤੋਂ ਇੱਕ ਬਹੁਤ ਸ਼ੰਤ ਦਾ ਮੋਤੀ ਹੁੰਦਾ। ਇਹ ਲੜੀ ਜਲੰਧਰ ਦੀ ਲੜੀ ਹੈ। ਅਸੀਂ ਸਮਝਦੇ ਹਾਂ ਕਿ ਜਲੰਧਰ ਦੇ ਗੱਲ 'ਚ ਇਸ ਪਰਿਵਾਰ ਦੀ ਇਹ ਲੜੀ ਸੀ, ਉਸ ਤੋਂ ਉਹ ਮੋਤੀ ਹੁੰਦਾ। ਇਸ ਦੇ ਪਰਿਵਾਰ ਨੂੰ ਸ਼੍ਰੀਮਤੀ ਜਲੰਧਰ ਜੀ ਨੂੰ, ਉਹਨਾਂ ਦੇ ਬੱਚਿਆਂ ਨੂੰ, ਗੁਰਸ਼ਰਨ ਜੀ ਨੂੰ, ਉਹਨਾਂ ਦੇ ਬੱਚਿਆਂ ਨੂੰ ਅਤੇ ਭਰਾ ਸਾ, ਮੈਨੂੰ ਸਾਨੂੰ ਸਮਝ ਹੈ ਕਿ ਇੰਨੀ ਲੰਬੀ ਸਾਂਝ, ਇੰਨਾ ਪਿਆਰ ਰੱਖਣਾ ਉਹਦਾ ਕੀ ਮਤਲਬ ਹੈ। ਇੰਨਾ ਦਰਦ ਇਸ ਨਾਲ ਪੈਦਾ ਹੁੰਦਾ ਵਿਛੋੜੇ ਨਾਲ। ਪਰ ਇਹ ਜਿਸ ਤਰ੍ਹਾਂ ਸਾਡੀ ਗੁਰਬਾਣੀ ਦਾ ਉਪਦੇਸ਼ ਹੈ ਕਿ ਉਸ ਦੀ ਰਜ਼ਾ ਹੈ, ਆਪਣੇ ਜੀਵਨ ਨੂੰ ਉਹ ਸਫਲ ਕਰ ਰਹੇ ਹਨ ਕਿਉਂਕਿ ਉਹਨਾਂ ਨੇ ਪਿਆਰ ਵਰਜਿਆ ਅਤੇ ਪਿਆਰ ਉਹਨਾਂ ਨੇ ਲਿਆ। ਇੱਕ ਮੈਂ ਬਹੁਤ ਛੋਟੀ ਉਦਾਹਰਣ ਬਹੁਤ ਸੰਕੇਤ ਦੇ ਬਹੁਤ ਪਿਛਲੇ ਦਿਨਾਂ ਬਿਮਾਰ ਹੋਏ, ਮੈਨੂੰ ਭਾਰਤ ਸਰਕਾਰ ਨੇ ਕੋਈ ਸਨਮਾਨ ਦੇਣ ਦਾ ਐਲਾਨ ਕੀਤਾ। ਉਹਨਾਂ ਦੀ ਆਵਾਜ਼ ਨਹੀਂ ਸੀ ਨਿਕਲਦੀ, ਪਰ ਉਹਨਾਂ ਕਿਹਾ ਕਿ ਨਹੀਂ ਮੈਂ ਗੱਲ ਜ਼ਰੂਰ ਕਰਾਂ, ਮੇਰਾ ਇੰਨਾ ਪਿਆਰ ਹੈ, ਇਹਨਾਂ ਨੇ ਇੰਨਾ ਪਿਆਰ ਦਿੱਤਾ। ਉਹ ਆਪਣੀ ਬਹੁਤ ਮਤਲਬ ਆਵਾਜ਼, ਉਹਨਾਂ ਨੇ ਬਹੁਤ ਪਿਆਰ ਨੇ ਦਿੱਤਾ ਮੇਰੇ ਨਾਲ ਕੀਤੀ। ਇਹ ਉਹਨਾਂ ਦਾ ਜਿਹੜਾ ਐਟੀਟਿਊਡ ਸੀ ਉਹ ਸਿਰਫ ਮੇਰੇ ਲਈ ਨਹੀਂ ਸੀ, ਆਪਣੇ ਸਾਰੇ ਪਿੰਡ ਵਾਲਿਆਂ ਨਾਲ, ਸਾਰੇ ਦੋਸਤਾਂ ਨਾਲ, ਸਭ ਨਾਲ ਉਹਨਾਂ ਦਾ ਪਿਆਰ ਸੀ। ਜਿੰਨਾ ਕਿਸੇ ਨਾਲ ਵਾਹ ਹੁੰਦਾ ਤੁਹਾਡੇ ਸਾਰੇ, ਤੁਸੀਂ ਉਹਨਾਂ ਦੇ ਬੜੇ ਨੇੜੇ ਰਹੇ ਹੋ, ਉਨਾ ਹੀ ਦੁੱਖ ਦੇ ਖਿਲਾਫ ਜਿਹੜਾ ਮਨ ਪੈਦਾ ਹੁੰਦਾ ਜੋ ਅੱਜ ਸਾਡੇ ਸਾਰਿਆਂ ਦੇ ਮਨਾਂ 'ਚ। ਮੈਂ ਇਹਨਾਂ ਸ਼ਬਦਾਂ ਨਾਲ ਉਸ ਸੱਚੀ ਸੁੱਚੀ ਸਚਿਆਈ ਜਿਹੜੀ ਸ਼ਖਸੀਅਤ ਆ, ਆਤਮਾ, ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ। ਅਤੇ ਮੈਂ ਇਹ ਵੀ ਅਰਦਾਸ ਕਰਦਾ ਕਿ ਉਹਨਾਂ ਦਾ ਪਰਿਵਾਰ ਆਪਣੀ ਪਹਿਲਾਂ ਵਾਂਗ ਕਿਰਤ ਕਮਾਈ ਕਰਦਾ ਹੋਇਆ, ਉਹਨਾਂ ਦੀ ਯਾਦ ਨੂੰ ਆਪਣੇ ਮਨ 'ਚ ਸਾਂਭਦਾ ਹੋਇਆ, ਉਹਨਾਂ ਨੂੰ ਉਹਨਾਂ ਦੇ ਇਸ ਦਰਦ ਨੂੰ ਜਿਹੜਾ ਉਹ ਆਪਣੇ ਨਾਲ ਰੱਖੇਗਾ, ਅਤੇ ਉਹਨਾਂ ਦੀ ਯਾਦ ਹਮੇਸ਼ਾ ਉਸ ਸਿੱਖੀਏ ਦੀ ਯਾਦ ਸਾਡੇ ਮਨਾਂ 'ਚ ਬਣੀ ਰਹੇਗੀ। ਇਹਨਾਂ ਸ਼ਬਦਾਂ ਨਾਲ ਮੈਂ ਸਿੱਖਾ ਕੇ ਸਾਰਿਆਂ ਵੱਲੋਂ ਉਸ ਪਵਿੱਤਰ ਆਤਮਾ ਸਾਡੇ ਦਰਮਿਆਨ ਸ੍ਰੀ ਬਣਾਈ ਜੀ, ਵਰੀਪ ਸੁਰਿੰਦਰ ਦਹੇੜ ਜੀ, ਸਰਦਾਰ ਬਲਜੀਤ ਸਿੰਘ ਨੀਲਾ ਬਹਿਣ ਜੀ, ਸਰਦਾਰ ਜਗਵੀਰ ਸਿੰਘ ਬਰਾੜ ਜੀ, ਸਰਦਾਰ ਗੁਰਚਰਨ ਸਿੰਘ ਚੰਨੀ ਜੀ ਪ੍ਰਧਾਨ ਸਾਹਿਬ, ਪ੍ਰਤਪਾਲ ਸਿੰਘ ਜੀ ਸਾਡੇ ਵੀਰ ਡੇਲੀ ਅਧੀਨ ਤੋਂ, ਔਰ ਪਹਿਲਾਂ ਤੋਂ ਮੇਰੇ ਵੀਰ ਪ੍ਰੋਫੈਸਰ ਰਘਵੀਰ ਸਿੰਘ ਜੀ, ਔਰ ਸਰਦਾਰ ਮਨਜੀਤ ਸਿੰਘ ਫੁਕਰਾਲ ਜੀ ਇੱਥੋਂ ਨੇ ਸੰਸਥਾ ਦੇ, ਔਰ ਨਾਲ ਸਰਦਾਰ ਕਮਲਜੀਤ ਸਿੰਘ ਜੀ ਟੋਨੀ, ਸਰਦਾਰ ਕਮਲਜੀਤ ਸਿੰਘ ਜੀ ਗ੍ਰੀਨਲੈਂਡ, ਮੇਰੇ ਅਧੀਨ ਤਜਿੰਦਰ ਬਿੱਟੂ ਜੀ, ਐਸ ਐਲ ਕਪੂਰ ਜੀ, ਔਰ ਸਰਦਾਰ ਸੁਰਿੰਦਰ ਸਿੰਘ ਜੀ ਬੇਦੀ, ਸਰਦਾਰ ਸੁਰਿੰਦਰ ਸਿੰਘ ਜੀ ਬੇਦੀ ਜਿਹੜਾ ਭਾਜੀ ਹੁਣੇ ਜ਼ਿਕਰ ਕਰਕੇ ਗਏ ਆ, ਗਿਆਨੀ ਦਿਆਲ ਸਿੰਘ ਜੀ ਦਾ ਉਹਨਾਂ ਦੇ ਉਹ ਦਿਮਾਗ ਨੇ, ਔਰ ਸਾਧੂ ਸਿੰਘ ਹਮਦਾਰ ਦੇ ਟਰੱਸਟ ਦੇ ਟਰੱਸਟੀ ਵੀ ਨੇ ਸਾਡੇ, ਉਹ ਵੀ ਇਸ ਲੋਕ ਦੀ ਕੜੀ ਤਸਦੀਕ ਹੋਣ ਲਈ ਇੱਥੇ ਆਏ ਆਏ ਆ। ਭੈਣ ਜੀ ਸਾਡੇ ਸਰਜੀਤ ਕੌਰ ਜੀ ਹੁੰਦਾ, ਪਰਮਿੰਦਰਜੀਤ ਸਿੰਘ ਸਾਡੇ ਵੀ ਨੈਸ਼ਨਲ ਆਲ ਆਏ, ਪਰਮਿੰਦਰ ਬੇਰੀ ਜੀ, ਪ੍ਰਨੀਤ ਮਰਿਆਸ ਜੀ, ਔਰ ਪਟਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮੇਰੇ ਵੀ ਜਸਵਿੰਦਰ ਸਿੰਘ ਮੱਕੜ ਜੀ, ਐਸ ਐਸ ਅਜੀਵਲ ਸਾਹਿਬ, ਇਕਬਾਲ ਸਿੰਘ ਅਰਨੇਜਾ ਜੀ, ਸੁਖਬੀਰ ਰਾਜ ਵਿਕਟਰ ਜੀ, ਹਰਜੋਤ ਸਿੰਘ ਦਰਸ਼ਮੀ ਜੀ, ਮੇਰੇ ਅਜੀਤ ਵੀਰ, ਕਮਲਨਾਥ ਸੇਠ ਜੀ, ਸਾਬਿਆਨ ਸਿੰਘ ਸਰਬੀ ਜੀ, ਵਿਨੇ ਗੁਗਲਾਨੀ ਜੀ, ਜੇਵੀ ਸਿੰਘ ਚੌਧਰੀ, ਸ਼੍ਰੀ ਗੈਰ ਕਿਸ਼ਨ ਸੈਣੀ ਜੀ, ਪ੍ਰਦੀਪ ਸਿੰਘ ਚੀਮਾ ਜੀ,
ਕਰਿਆ ਸਿੰਘ ਜੱਬਲ ਜੀ, ਕੁਲਜੀਤ ਸਿੰਘ ਯੂਨੀਵਰਸਲ ਤੋਂ, ਨਿਰਮਲ ਸਿੰਘ ਮੈਂਬਰ PPCC, ਦਰਸ਼ਨ ਸਿੰਘ ਜੀ, ਬਾਬਾ ਹੈਨਰੀ ਜੀ, ਰਾਜਪਾਲ ਸਿੰਘ ਲਵਾਹਾ, ਡਾਕਟਰ ਬਿਰਪਾਲ ਸਿੰਘ ਅਰੇਜਾ ਜੀ, ਮੇਰੇ ਵੀਰ, ਔਰ ਡਾਕਟਰ ਰਣਵੀਰ ਸਿੰਘ ਜੀ, ਔਰ ਸਰਦਾਰ ਕੁਲਵਿੰਦਰ ਸਿੰਘ ਜੀ ਪਿਆਰਾ ਪ੍ਰਧਾਨ ਦਰਸ਼ਨ ਗੁਰਦੁਆਰਾ ਸਾਹਿਬ, ਸਰਦਾਰ ਸਤਨਾਮ ਸਿੰਘ ਜੀ, ਰੇਸ਼ਮ ਸਿੰਘ ਜੀ, ਸਰਦਾਰ ਜੋਗਿੰਦਰ ਸਿੰਘ ਟੀਕੇ, ਸੁਰਿੰਦਰਪਾਲ ਸਿੰਘ ਗਵਾਲੀਅਰ ਜੀ, ਮੇਰੇ ਵੀਰ ਪਰਮਜੀਤ ਸਿੰਘ ਜੀ ਅਜੀਤ ਅਖਬਾਰ ਤੋਂ, ਔਰ JP ਸਿੰਘ ਜੀ ਪ੍ਰੈਜ਼ੀਡੈਂਟ ਨੋਟੋ ਤੋਂ, ਅਰਵਿੰਦਰ ਸਿੰਘ ਜੀ ਰਿਜੈਟ ਪਾਰਕ ਤੋਂ, ਗੁਰਸ਼ਰਨ ਸਿੰਘ ਜੀ GNA ਵਾਲੇ, ਔਰ ਪੰਜਾਬ ਦੇ ਚੀਫ ਸੈਕਟਰੀ ਰਿਟਾਇਰ ਸ੍ਰੀ NK ਅਰੋੜਾ ਜੀ, ਬਾਂਸਲ ਟੂਰ ਕੰਪਨੀ ਅੰਬਾਲਾ, ਮਹਿੰਦਰਾ ਇਲੈਕਟ੍ਰੀਕਲ ਗੰਗਾਨਗਰ, ਜੋਸਨ ਇਲੈਕਟ੍ਰੀਕਲ ਖਿਲਸੀਆ, ਰਾਮ ਲਾਲ ਜੈਨ ਜੀ ਰੋਪੜ, ਕ੍ਰਿਸ਼ਨਾ ਸਬਮਰਸੀਬਲ ਪਟਿਆਲਾ, ਲਕਸ਼ਮੀ ਸੇਲਸ ਕਾਰਪੋਰੇਸ਼ਨ ਹਨੂੰਮਾਨਗੜ੍ਹ, ਕ੍ਰਿਸ਼ੀ ਕ੍ਰਾਂਤੀ ਕੇਂਦਰ ਭਰਤਪੁਰ, ਮੁਨੀਸ਼ ਕਿਊਟ ਕੋਟਾ, ਇੱਥੋਂ ਸਾਰੇ ਹਿੰਦੁਸਤਾਨ ਚੋਂ ਤਕਰੀਬਨ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸੁਰਿੰਦਰ ਸਿੰਘ ਹੋਣਾ ਨੂੰ ਆਏ ਹੈ, ਕਮਲ ਮਸ਼ੀਨਰੀ ਕਾਨਪੁਰ, ਹਰਸ਼ ਕੁਮਾਰ, ਅਸ਼ੋਕ ਕੁਮਾਰ ਕਪੂਰਥਲਾ, ਨੌਰਥ ਇੰਡੀਆ ਪੰਪ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਿਮਾ ਦੇ, ਸ੍ਰੀ ਦੁਰਗਾ ਮੰਦਰ ਕਮੇਟੀ ਫਰੋਮ AK ਜੈਨ, ਫਰੋਮ SS ਭੋਗਲ, ਰਾਮਗੜੀ ਐਜੂਕੇਸ਼ਨ ਕੌਂਸਲ ਫਗਵਾੜਾ, ਲਾਇਟ ਕਲਾਸ ਸਿੰਘ ਜੀ, ਲਾਇਟ ਡਾਕਟਰ ਮੰਡਰਜੀਤ ਸਿੰਘ ਜੀ, ਲਾਇਟ SL ਕਪੂਰ, ਇੰਦਰੂ ਮਲ, ਸੁਰੇਸ਼ ਕੁਮਾਰ ਨਰਵਾਣਾ, ਔਰ ਰਾਘਵ ਐਂਟਰਪ੍ਰਾਈਜ਼ ਕਾਲਾਮਾਰੀ, ਰੋਜੂ ਰਾਮ ਸੰਧੂ, ਸਾਧੂ ਰਾਮ ਜੀ ਰਾਮਪੁਰਾ ਫੂਲ ਤੋਂ, ਮਿੱਤਲ ਪਾਈਪ ਸਟੋਰ ਸ਼ਾਹਬਾਦ ਮਾਰਕੰਡਾ, ਰਾਮਗੜੀਆ ਮਸ਼ੀਨਰੀ ਸਟੋਰ ਮੁਕੇਰੀਆਂ, ਸਤਨਾਮ ਸਿੰਘ ਐਂਡ ਕੰਪਨੀ ਲੁਧਿਆਣਾ, HL ਇੰਜੀਨੀਅਰਿੰਗ ਵਰਕਸ ਪਠਾਨਕੋਟ, ਸੁੰਦਰ ਸਿੰਘ ਐਂਡ ਕੰਪਨੀ ਲੁਧਿਆਣਾ, ਲਾਈਟ AS ਬਦਾਨ ਜੀ, SS ਕਾਲਰਾ ਜੀ ਐਂਡ ਫੈਮਿਲੀ, ਇੰਦਰਜੀਤ ਸਿੰਘ ਐਂਡ ਫੈਮਿਲੀ, ਕੈਪਸਲ ਇੰਡਸਟਰੀਜ਼, HP ਇੰਡਸਟਰੀਜ਼, ਕੁੰਦਨ ਸਟੀਲ, ਲਾਰਡ ਲੇਵਨ, ਔਰ ਲੀਡਰ ਬਾਗ ਤੋਂ, ਜਲੰਧਰ ਚੈਂਬਰ ਆਫ ਇੰਡਸਟਰੀ ਤੋਂ, ਸੀਤਲ ਫਾਈਬਰ ਤੋਂ, ਔਰ ਸੀਤਲ ਬੇਟੀ ਦਾ ਵੀ ਮੈਨੂੰ ਟੈਲੀਫੋਨ ਆਇਆ ਸੀ, ਉਹ ਮੇਰੇ ਨਾਲ ਆ ਨਹੀਂ ਸਕੇ, ਉਹਨਾਂ ਨੇ ਵੀ ਬਹੁਤ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ ਸੁਰਿੰਦਰ ਸਿੰਘ ਗਾਂਧੀ ਜੀ ਲਈ, ਐਕਸਲ ਬੈਟਰੀਜ, JK ਗੋਟਾ ਜੀ, RK ਮਾਇਆ ਜੀ, SS ਧਮਾਨ ਜੀ, JS ਸੋਢੀ ਜੀ, DS ਛਾਬੜਾ ਜੀ, ਰਮੇਸ਼ ਗੋਟਾ ਜੀ, ਦੀਪਕ ਸੋਨੀ ਜੀ, ਬਾਕੀ ਜਿਹੜੇ ਸ਼ੋਕ ਸੰਦੇਸ਼ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਇਸ ਤੋਂ ਪਹਿਲਾਂ ਕਿ ਮੈਂ ਜਥੇਦਾਰ ਜਗਜੀਤ ਸਿੰਘ ਜੀ ਗਾਹਵਾ, ਇਸ ਪਰਿਵਾਰ ਦੇ ਬੜੇ ਨਿਕਟਵਰਤੀ, ਕਿ ਉਹ ਆ ਕੇ ਧੰਨਵਾਦ ਕਰਨ, ਤੁਹਾਡਾ ਬੈਠੇ ਰਹਿਣਾ ਚਾਹੀਦਾ ਜਿਹੜਾ ਵੀ ਕਿਸੇ ਨੇ, ਅਸੀਂ ਕੋਸ਼ਿਸ਼ ਕੀਤੀ ਆ ਟਾਈਮ ਫਰੇਮ ਸਮਾਪਤੀ ਕਰ ਦੇਈਏ, ਸਿਰਫ 2-3 ਮਿੰਟ ਲਈ ਆਪਣੇ ਵਰਿੰਦਰ ਜੀ ਜਿਹੜੇ ਸੁਰਿੰਦਰ ਸਿੰਘ ਕਾਸੀ ਜੀ ਦੇ ਬੇਟੇ ਹੈ, ਉਹ ਮੇਰੇ ਕੋਲ ਆਏ, ਕਹਿੰਦੇ ਪਾਰ ਅੰਕਲ ਕਰ ਰਿਹਾ ਹੈ, ਅਤੇ ਮੈਂ ਭੂਆ ਜੀ ਦਾ ਇੱਕ ਸੰਦੇਸ਼ ਆਇਆ, ਸਰਦਾਰ ਮਨਮੋਹਨ ਸਿੰਘ ਕਲਸੀ ਔਰ ਭਰਾਵਾਂ ਜੀ ਸਿਸਟਰ ਦਾ ਲੰਡਨ ਤੋਂ, ਕਹਿੰਦੇ ਮੈਂ ਉਹ ਪੜ੍ਹ ਕੇ ਇੱਕ ਸੁਣਾਉਣਾ, ਉਹ ਬੇਟਾ ਵਰਿੰਦਰ ਤੁਹਾਨੂੰ ਸੁਣਾਏਗਾ, ਉਹ ਤੋਂ ਬਾਅਦ ਬਾਬਾ ਸਾਹਿਬ ਸਾਰਿਆਂ ਦਾ ਧੰਨਵਾਦ ਕਰਕੇ ਆਓ। ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੀ ਸਭ ਤੋਂ ਵੱਡੀ ਸਿਸਟਰ ਕੁਛ ਦਿਨ ਪਹਿਲਾਂ ਵਾਪਿਸ ਗਏ, ਉਹਨਾਂ ਨੂੰ ਮਿਲ ਕੇ ਉਹਨਾਂ ਨੇ ਆਪਣੇ ਲਾਸਟ ਵਰਡ ਵਿੱਚ ਉਹਨਾਂ ਲਈ ਮੈਸੇਜ ਭੇਜਿਆ, ਜੋ ਉਹ ਚਾਹੁੰਦੇ ਸੀ ਇੱਥੇ ਪੜ੍ਹਿਆ ਜਾ। ਵੈਨ ਵੀ ਲੂਜ਼ ਸਮਵਨ ਯੂ ਲਵ, ਵਰਡਸ ਆਰ ਨਾਟ ਇਨਫ ਟੂ ਈਜ਼ ਯੋਰ ਸੈਡਨੈਸ, ਇਟ ਸੀਮਸ ਸੋ ਹਾਰਡ ਸਮਟਾਈਮਸ ਟੂ ਅੰਡਰਸਟੈਂਡ ਆਰ ਲਾਈਫ, ਐਟ ਦਿਸ ਟਾਈਮ ਵੀ ਮਿਸ ਸੁਰਿੰਦਰ ਐਂਡ ਫੀਲ ਲਾਈਕ ਆਰ ਵਰਲਡ ਹੈਜ਼ ਐਂਡਡ। Surinder was my younger brother. I looked after him when he was a child. He was always happy and polite as a child and later as a grown-up. He loved us all and stood by us whenever we needed him in our difficult times, sad times and happy times. Both my sisters will agree that Surinder was a pillar of strength for us. Our brother was very handsome, smart, well-spoken and had a smiling face. We felt proud to have a brother like Surinder. He now has left us and so many memories,
most of them happy memories. I will miss my brother Surinder very much. I have been thinking a lot about him since my visit to Jalandhar early this year. I could not say goodbye to him, it was too painful. Although it will be hard to live normally without him, I know that if we carry him in our hearts, his memory will give us strength to go on and give us the warmth of happiness to help us through this difficult time. We used to say that people who die become stars. My brother has become a star of the universe, reunited with his creator. May God bless you, my brother, with peace. You will always be on our mind, in our thoughts, every single day. Thank you. ਕੋਈ ਜਾਣਦਾ ਹੈ ਮੈਂ ਪਰਿਵਾਰ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਫੀ ਪਰਿਵਾਰ ਨਾਲ ਪਿਆਰ ਕਰਦੇ ਆ ਇਹ ਸਾਰੇ ਸ਼ੋਕ ਸੰਦੇਸ਼ ਜਿਹੜੇ ਭੇਜੇ ਹੈ ਤੁਸੀਂ ਵੀ ਸਮਝਦੇ ਆ ਕਿ ਪੜ੍ਹਨ ਲਈ ਟਾਈਮ ਬਹੁਤ ਚਾਹੀਦਾ ਇਹਦੇ ਲਈ ਮੈਂ ਮੁਆਫੀ ਚਾਹੁੰਦਾ ਸੂਰਜ ਭਾਰ ਜੀ ਪ੍ਰੇਮ ਨਾਥ ਮਾਨਸਾ ਤੋਂ ਐਮ ਬੀ ਸੈਣੀ ਜੀ ਫਿਟਨੈਸ ਤੋਂ ਉਹਨਾਂ ਰਾਮਗੜੀਆ ਸਭਾ ਜਲੰਧਰ ਰਾਮਗੜੀਆ ਐਸੋਸੀਏਸ਼ਨ ਇੰਟਰਨੈਸ਼ਨਲ ਜਲੰਧਰ ਫਰੀ ਮੈਸਨ ਲੌਜ ਲਾਇਨ ਸੰਦੀਪ ਗਰਗ ਜੀ ਅਪਰਲਾ ਅਪਾਹਜ ਆਸ਼ਰਮ ਔਰ ਵਿਸ਼ਕਰਮਾ ਮੰਦਰ ਮੈਨੇਜਮੈਂਟ ਕਮੇਟੀ ਮਹਿਲ ਇਲੈਕਟ੍ਰੀਕਲ ਲਾਇਨ ਜਸਵਿੰਦਰ ਸਿੰਘ ਲਾਇਨ ਰਾਮ ਭਾਰਦਵਾਜ ਵਾਲਜ ਪ੍ਰਕਾਸ਼ ਦੁਰਾਹੇ ਤੋਂ ਪਾਲ ਸਿੰਘ ਲੂਸਰਾ ਜੀ ਤੋਂ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਗਜੀਤ ਸਿੰਘ ਜੀ ਗਾਬਾ ਸਾਹਿਬ ਪ੍ਰਧਾਨ ਇਸ ਅਸਥਾਨ ਦੇ ਲਾਇਨ ਸੁਦੀਪ ਗਰਗ ਜੀ ਪ੍ਰਾਈਮ ਮਿਨਿਸਟਰ ਔਰ ਮੌਜੂਦਾ ਐਮ ਐਲ ਏ ਸਾਹਿਬ ਉਹ ਵੀ ਆਏ ਹੈ ਆਓ ਜੀ ਸੰਗੀਤ ਦਰਬਾਰ ਕਰਨ ਦਾ ਬਖਸ਼ੇ ਵੀ ਸਾਰੇ ਪਰਿਵਾਰ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਸਭ ਨੇ ਵੱਡੀ ਤਾਦਾਦ ਵਿੱਚ ਲੰਮਾ ਸਮਾਂ ਗੁਰੂ ਜਨ ਨਾਲ ਜਾਇਮਾਨ ਹੋ ਕੇ ਰੱਬੀ ਬਾਣੀ ਦਾ ਕੀਰਤਨ ਸਰਵਨ ਕੀਤਾ ਜੋ ਜੱਥਾ ਭੋਗਪੁਰ ਤੋਂ ਕਿੰਨੀਆਂ ਵਾਲਾ ਜੱਥਾ ਕਰਕੇ ਮਸ਼ਹੂਰ ਹੈ ਉਹਨਾਂ ਨੇ ਆ ਕੇ ਕੀਰਤਨ ਕੀਤਾ ਅਤੇ ਗੋਪਾਲ ਨਗਰ ਵਾਲੇ ਸਨ ਉਹਨਾਂ ਨੇ ਆ ਕੇ ਅੱਧਾ ਘੰਟਾ ਆਪ ਜੀ ਨਾਲ ਮਤਲਬ ਦੀਆਂ ਵਿਚਾਰਾਂ ਨੂੰ ਸਾਂਝ ਪਾਈ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਅਤੇ ਵਿਸ਼ਵੀ ਰੂਪ ਸਾਡੇ ਵੀਰ ਸੁਰਿੰਦਰ ਸਿੰਘ ਕਲਸ ਦੀ ਆਤਮਾ ਨੂੰ ਸਭ ਤੋਂ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਅਤੇ ਪਿੱਛੇ ਸਾਨੂੰ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਇਹ ਜੋ ਗੁਰਮਤਿ ਅਨੁਸਾਰ ਰਹਿਤ ਮਰਿਆਦਾ ਜੋ ਕਿਸੇ ਸਿੱਖ ਦੇ ਚਲਾਣੇ 'ਤੇ ਹੁੰਦੀ ਹੈ ਉਹ ਸਾਰਾ ਕੁਝ ਆਪਾਂ ਗੁਰਮਤਿ ਅਨੁਸਾਰ ਕੀਤਾ ਉਪਰੰਤ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਪਰਿਵਾਰ ਦੇ ਆਤਮ ਨਜ਼ਦੀਕੀ ਸਰਦਾਰ ਬਲਜਿੰਦਰ ਸਿੰਘ ਹਮਦਰਦ ਜੀ ਮੁੱਖ ਸੰਪਾਦਕ ਅਜੀਤ ਉਹਨਾਂ ਨੇ ਪਿਤਾ ਜੀ ਸਰਦਾਰ ਮੱਘਰ ਸਿੰਘ ਤੋਂ ਲੈ ਕੇ ਆਪਣੇ ਪਰਿਵਾਰ ਨਾਲ ਉਹਨਾਂ ਦੀ ਜਿਸ ਤਰ੍ਹਾਂ ਨੇੜਤਾ ਇਸ ਪਰਿਵਾਰ ਦੀ ਦਿਆਨਤਦਾਰੀ ਇਮਾਨਦਾਰੀ ਨਾਲ ਕੀਤੀ ਹੋਈ ਇੱਥੋਂ ਤੱਕ ਇਸ ਸੰਸਥਾ ਵਾਸਤੇ ਕੰਮ ਸਾਰੇ ਭਰਾਵਾਂ ਦਾ ਪਰਿਵਾਰ ਦਾ ਇਤਫਾਕ ਅਤੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਬਿਜਨਸ ਫੈਲਿਆ ਉਸ ਤਰ੍ਹਾਂ ਹੀ ਪਿਆਰ ਵੀ ਮੈਂ ਤਾਂ ਬਹੁਤ ਸਾਰੇ ਕੁਝ ਲਗਭਗ 24 ਸਾਲ ਹੋ ਗਏ ਜਦੋਂ ਇਸ ਸਭਾ ਦੇ ਵਿੱਚ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਉਹ ਸੇਵਾ ਕਰਨ ਦੇ ਵਿੱਚ ਵੀ ਇਸ ਦੌਰਾਨ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਇਸ ਪਰਿਵਾਰ ਦਾ ਹੈ ਕਿਉਂਕਿ ਚਾਰੇ ਭਰਾ ਮੈਂਬਰ ਸਨ ਉਹ ਚਾਰਾਂ ਨੇ ਹੀ ਸਾਨੂੰ ਇਹ ਸੇਵਾ ਦੌਰਾਨ ਦੇ ਵਿੱਚ ਯੋਗਦਾਨ ਪਾਇਆ ਮੈਂ ਆਪਣੇ 24 ਸਾਲ ਦੀ ਇਸ ਲਾਈਫ ਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਵੱਡੇ ਵੱਡੇ ਅਮੀਰਾਂ ਨੂੰ ਵੱਡੇ ਵੱਡੇ ਇੰਡਸਟਰੀਸਟਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਮਿਲਦਾ ਰਹਿੰਦਾ ਹਾਂ ਪਰ ਮੈਂ ਇਸ ਪਰਿਵਾਰ ਦੀ ਨਿਮਰਤਾ ਪਿਆਰ ਅਤੇ ਇਤਫਾਕ ਆਪਣੀ ਜ਼ਿੰਦਗੀ ਨਹੀਂ ਦੇਖਿਆ ਇੱਕ ਦਿਨ ਦੀ ਘਟਨਾ ਹੈ ਕਿ ਅਸੀਂ ਸਾਰੇ ਬੈਠੇ ਸੀ ਅਤੇ ਵੀਰ ਜੀ ਦਾ ਫੋਨ ਆਇਆ ਕਿ ਤੁਸੀਂ ਕੱਲ੍ਹ ਸਾਡੇ ਘਰ ਨਾਲ ਚਾਹ ਪੀਣੀ ਆ ਸਾਰੇ ਜਾਣੇ ਆਟੋਮੈਟਿਕ ਜਾਂਦਾ ਦੇਖੋ ਸਾਨੂੰ ਇਸ ਬਿਲਡਿੰਗ ਬਣਾਉਣ ਵਾਸਤੇ ਬਹੁਤ ਬਹੁਤ ਮਾਇਆ ਲੋਕਾਂ ਨੂੰ ਦਿੱਤੀ ਹੈ ਅਤੇ ਤੁਹਾਡੀ ਸੰਗਤ ਦੀ ਮਾਇਆ ਨਾਲ ਸਾਰਾ ਡਾਲਰ ਹੋਸਪਿਟਲ ਬਣ ਗਿਆ ਇਹ ਬਣ ਗਿਆ ਇੱਦਾਂ
ਹੁਣ 6 ਮੰਜ਼ਿਲਾ ਬਿਲਡਿੰਗ ਹੋਰ ਮੰਨ ਲਈ, ਪਿੱਛੇ 3 ਹੋਰ ਮਕਾਨ ਕੀਤੇ ਗਏ। ਇਹ ਸਭ ਤੁਹਾਡੀ ਮਾਇਆ ਨੇ। ਮਾਇਆ ਦੇਣ ਦਾ ਢੰਗ, ਮਾਇਆ ਕਿਸ ਨਿਮਰਤਾ ਅਤੇ ਕਿਸ ਪਿਆਰ ਰੱਖੀ ਜਾਵੇ, ਇਹ ਮੈਂ ਪਹਿਲੇ ਵੀ ਇਸ ਪਰਿਵਾਰ ਤੋਂ ਸਿੱਖਿਆ। ਸਾਨੂੰ ਇਹਨਾਂ ਨੇ ਬੁਲਾਇਆ, ਅਸੀਂ ਗਏ। ਇਸ ਵੇਲੇ ਚਾਰੇ ਤਲਾਕ ਗੇਟ ਦੇ ਬਾਹਰ ਖੜੇ ਸਨ। ਇੰਡੀਆ ਵੱਡੀਆਂ ਇੰਡਸਟਰੀ ਦੇ ਮਾਲਕ, ਇੰਨੀ ਵੱਡੀ ਸ਼ਖਸੀਅਤ ਹੋਣ ਦੇ ਬਾਵਜੂਦ ਸਾਰੇ ਵਰਗੇ ਮਾਣ ਬੰਦੇ ਘਰ ਜਾਣ, ਚੰਗੋ ਚਾਰੇ ਤਲਾਕ ਖੜੇ ਹੋਣ ਲੈਣ ਵਾਸਤੇ। ਇਹ ਤਾਂ ਜ਼ਿੰਦਗੀ ਪਹਿਲੇ ਦਿੱਤੇ ਸ਼ਹਿਰ ਦੇ ਅੱਗੋਂ ਨਾ ਵੀ ਦੇਖ ਸਕਾਂਗੇ। ਇਸ ਤਰ੍ਹਾਂ ਦੀ ਸ਼ਖਸੀਅਤ ਇੱਕ ਫਲਸੀ ਪਰਿਵਾਰ ਹੈ। ਅੰਦਰ ਲੈ ਕੇ ਗਏ, ਸੇਵਾ ਜੋ ਕੀਤੀ ਉੱਥੇ ਕੋਈ ਉਹਦੇ ਮੈਂ ਵਿਆਖਿਆ ਨਹੀਂ ਕਰ ਸਕਦਾ। ਕਿਵੇਂ ਇਹਨਾਂ ਨੇ ਸਾਡੀ ਸੇਵਾ ਕੀਤੀ, ਫਿਰ ਪੈਸੇ ਇੱਕ ਲਾਫੇ ਪਾ ਕੇ ਹੱਥ ਬੜੇ ਵੀ ਨੇ ਲਾ ਦਿੱਤੇ। ਫਿਰ ਮੈਂ ਦੇਖਣਾ ਦੇਖਣਾ ਨਹੀਂ, ਬਸ ਇਹਨੂੰ ਲੈ ਜਾਓ। ਸਾਡੇ ਹਿਸਾਬ ਨਾਲ ਜਿੰਨੇ ਦਿਨ ਸੋਚ ਕੇ ਗਏ ਸੀ ਇੰਨੇ ਕੁ ਪੈਸੇ ਹੋਣਗੇ ਤਾਂ ਅਸੀਂ ਤਾਂ ਨਹੀਂ ਕੀਤੀ, ਇੰਨੇ ਕਰ ਦਿਓ। ਪਰ ਸਾਡੀ ਸੋਚ ਤੋਂ ਕਿਤੇ ਉੱਪਰ ਸਨ ਇਹ ਪੈਸੇ। ਉਹਨਾਂ ਨੇ ਆਪਣੀ ਇਮਾਨਦਾਰੀ ਦੀ ਮਿਹਨਤ ਵਿੱਚੋਂ ਕਮਾਏ ਹੋਏ ਦਿੱਤੇ ਸੀ ਪਰਿਵਾਰ ਵਾਸਤੇ। ਪਰ ਜਿਹੜਾ ਪਿਆਰ ਦਿੱਤਾ ਨਾ, ਮੈਂ ਜਦ ਤੱਕ ਮੇਰੇ ਸਵਾਸ ਰਹਿਣਗੇ ਮੇਰੇ ਅਤੇ ਮੇਰੇ ਸਾਥੀ ਕਦੇ ਵੀ ਭੁੱਲ ਨਹੀਂ ਸਕਣਗੇ। ਸਰਦਾਰ ਸੁਰਿੰਦਰ ਸਿੰਘ ਜੀ ਬਾਰੇ ਤੁਸੀਂ ਸਾਰੇ ਹੀ ਬਹੁਤ ਸੁਣਦੇ ਹੋ, ਮੇਰੇ ਨਾਲ ਬਹੁਤ ਪਿਆਰ ਸੀ, ਤੁਹਾਡੇ ਨਾਲ ਬੜਾ ਪਿਆਰ ਸੀ। ਸਰਦਾਰ ਰਜਿੰਦਰ ਸਿੰਘ ਜੀ ਨੇ ਕਿੰਨਾ ਪਿਆਰ ਨਾਲ ਜਤਾਇਆ। ਪਰ ਮੈਂ ਕਹਿੰਦਾ ਹਰ ਸ਼ਖਸੀਅਤ ਹਰ ਇਨਸਾਨ ਦਾ ਹੋਏਗਾ, ਮੇਰੇ ਵਰਗੇ ਬੰਦੇ ਨੂੰ ਕਿੰਨਾ ਪਿਆਰ ਕਰਦੇ ਸੀ ਮੈਂ ਉਹ ਸ਼ਬਦਾਂ ਵਿੱਚ ਵਿਆਖਿਆ ਨਹੀਂ ਕਰ ਸਕਦਾ। ਇੰਨਾ ਪਿਆਰ ਕਰਦੇ ਸੀ ਕਿ ਕਈ ਵਾਰੀ ਮੈਂ ਰਾਤ ਦੱਸਾਂ ਕਿ ਕੋਈ ਜਗ੍ਹਾ ਤੁਹਾਡੀ ਗੱਲ ਚੱਲੀ, ਮੈਂ ਤੁਹਾਡੇ ਜਗ੍ਹਾ ਖੜਾ ਹੋ ਗਿਆ ਅਤੇ ਮੈਂ ਕਈ ਵਾਰੀ ਹੱਸਣਾ ਪੈ ਗਈ ਸੀ। ਔਰ ਮੈਨੂੰ ਹੋਰ ਪਤਾ ਲੱਗਾ ਇਸ ਤੋਂ ਬਾਅਦ ਜੋ ਮੇਰੇ ਤੋਂ ਵੱਡੇ ਸਨ ਮੈਂ ਉਹਨਾਂ ਆਪਣੇ ਆਪ ਤੋਂ ਛੋਟਾ ਸਮਝਦਾ ਰਿਹਾ। ਮੈਨੂੰ ਹੁਣ ਪਤਾ ਲੱਗਾ ਕਿ ਉਹ ਬਰਫਤ ਸਾਹਿਬ ਜੀ ਨੂੰ ਸੀ, ਗੁਰਜੀਤ ਕੌਰ ਸਾਹਿਬ ਜੀ। ਮੈਂ ਉਹਨਾਂ ਕਹਿੰਦਾ ਸੀ ਮੇਰੇ ਛੋਟੇ ਵੀਰ, ਇੰਨਾ ਪਿਆਰ ਕਰਦੇ ਸਨ। ਔਰ ਹਰ ਰੋਜ਼ ਗੁਰਦੁਆਰਾ ਸਾਹਿਬ ਸਵੇਰੇ ਜਦੋਂ ਮੱਥਾ ਟਿਕਾਉਣਾ ਮਿਲੇ ਹੋਏ ਨੇ ਜਾਣਾ, ਕੋਈ ਨਾ ਕੋਈ ਸ਼ਹਿਰ ਦੀ ਗੱਲ ਜਾਂ ਗੁਰਦੁਆਰਾ ਸਾਹਿਬ ਵਾਸਤੇ ਸੁਝਾਅ ਦੇ ਕੇ ਜਾਣਾ। ਉਹ ਪਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਨੂੰ ਵਾਸ ਕਰਸ਼ੇ। ਜਿੰਨਾ ਪਿਆਰ ਜਿੰਨਾ ਇਤਫਾਕ ਇਸ ਪਰਿਵਾਰ ਨੂੰ ਪਹਿਲਾਂ ਨੇ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਪਰਿਵਾਰ ਦੇ ਸਿਰ ਤੇ ਮਿਹਨਤ ਰੱਖਣ। ਬੱਚਿਆਂ ਨੂੰ ਉਹਨਾਂ ਦੇ ਦੋਨੋਂ ਪੁੱਤਰਾਂ ਨੂੰ ਬੇਨਤੀ ਹੈ। ਇੱਕ ਸਮਾਂ ਸੀ, ਮੈਂ ਆਪਣੀ ਛੋਟੀ ਗੱਲ ਕਹਾਂਗਾ, ਮੇਰੇ ਨਾਲ ਗੁਰੂ ਸਾਹਿਬ ਦੀ ਡੈਥ ਹੋ ਗਈ, ਸਰ ਸੁਰਜੀਤ ਸਿੰਘ ਸੁਰਜੀਤ ਨਾਮ ਤੋਂ ਬਾਅਦ। ਅਤੇ ਉਹਨਾਂ ਦੇ ਛੋਟ ਪਰਿਵਾਰ ਵਿੱਚ ਇਸੇ ਤਰ੍ਹਾਂ ਹੀ ਏਕਤਾ ਸੀ, ਇਸੇ ਤਰ੍ਹਾਂ ਹੀ ਬੱਚੇ ਕਹਿਣਕਾਰ ਸਨ। ਅਤੇ ਜਿਹੜਾ ਮੇਰਾ ਦਿਮਾਗ ਸੀ ਨਾ, ਉਹ ਦੋ ਬੱਚੇ ਦੇ ਦੋ ਭਰਾ ਨੇ। ਸੁਰਜੀਤ ਸਿੰਘ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਛੋਟੇ ਬੰਦੇ ਸਰਦਾਰ ਸਤਨਾਮ ਸਿੰਘ ਜੀ ਮੈਨੂੰ ਕਹਿੰਦੇ ਬੇਨਤੀ ਕਿ ਸਾਡੇ ਪਿਆਰ ਬਹੁਤ ਸੀ ਇਤਫਾਕ ਸੀ ਪਰਿਵਾਰ ਦੇ ਵੱਡੇ ਬੇਨਤੀ ਸੀ, ਜੋ ਕਹਿੰਦੇ ਸੀ ਅਸੀਂ ਮੰਨਦੇ ਸਾਂ। ਕਿਤੇ ਬੱਚੇ ਇੱਧਰ ਉੱਧਰ ਨਾ ਹੋਣ, ਕਿਤੇ ਤੁਹਾਡੀ ਮੈਨੂੰ ਲੋੜ ਹੋਵੇ ਤਾਂ ਫਿਰ ਤੁਹਾਨੂੰ ਬੁਲਾਵਾਂਗਾ। ਮੈਂ ਕਹਿੰਦੀ ਵੀਰ ਜੀ ਅਸੀਂ ਗੱਲ ਨਹੀਂ, ਬੱਚੇ ਇੱਦਾਂ ਦੇ ਨਹੀਂ ਲੱਗਦੇ। ਪਰ ਉਹੋ ਹੀ ਪਿਆਰ ਉਹਨਾਂ ਨੇ ਦਿੱਤਾ। ਮੇਰੀ ਕੋਈ ਬੇਨਤੀ ਹੈ ਕਿ ਦੋਨਾਂ ਬੱਚਿਆਂ ਨੂੰ ਕਿ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਆਪਣੇ ਭਰਾਵਾਂ ਨਾਲ ਦਸਬਾਗ ਨਾਲ ਪਿਆਰ ਨਾਲ ਉਹਨਾਂ ਸਤਿਕਾਰ ਕਰਦੇ ਸਨ, ਸਰਦਾਰ ਮਨਮੋਹਨ ਸਿੰਘ ਪਾਸੀ ਜੀ ਨੂੰ ਪਿਤਾ ਸਮਾਨ ਮੰਨਦੇ ਸਨ, ਤੁਸੀਂ ਵੀ ਉਹਨਾਂ ਨੂੰ ਉਨਾ ਹੀ ਪਿਆਰ ਦਿਓ, ਉਸੇ ਤਰ੍ਹਾਂ ਹੀ ਉਹਨਾਂ ਦੀ ਆਗਿਆ ਚੱਲਿਓ, ਉਸੇ ਤਰ੍ਹਾਂ ਹੀ ਸਮਾਜ ਨਾਲ ਆਪਣਾ ਪਿਆਰ ਨਾਲ ਰੱਖੋ। ਤੁਹਾਡਾ ਸਾਰਿਆਂ ਦਾ ਇਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੰਨਾ ਲੰਮਾ ਸਮਾਂ ਬੈਠ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਪਰਿਵਾਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਮੈਂ ਤੁਹਾਡਾ ਫਿਰ ਇੱਕ ਵਾਰ ਧੰਨਵਾਦ ਕਰਦਾ ਹੋਇਆ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ। ਔਰ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਇਸ ਪਰਿਵਾਰ 'ਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ, ਆਪਣੀਆਂ ਅਸੀਸਾਂ, ਆਪਣਾ ਇਹਨਾਂ ਨਾਲ ਵਿਅਕਤੀ ਜਿਹੜੀ ਹੈ ਉਹ ਬਣਾਈ ਰੱਖਣੀ। ਗੁਰੂ ਸਾਹਿਬ ਕਿਰਪਾ ਕਰਨ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਪਿਆਰ ਬਖਸ਼ਣ, ਆਪਣੇ ਪਾਪ ਬਖਸ਼ਣ, ਤਰੱਕੀਆਂ ਬਖਸ਼ਣ, ਇਸ ਪਰਿਵਾਰ ਨੂੰ ਖੁਸ਼ੀਆਂ ਖੇਡ ਬਖਸ਼ਣ। ਮੈਂ ਆਪਣੀ ਭੈਣ ਜੀ ਨਾਲ ਅਤੇ ਸਾਰੇ ਪਰਿਵਾਰ ਨਾਲ ਇਸ ਸਮੇਂ ਦੇ ਉੱਤੇ ਬਸ ਇਹਨਾਂ ਹੀ ਕਹਿ ਸਕਦਾ ਹਾਂ ਕਿ ਜੋ ਗੁਰਬਾਣੀ ਦਾ ਫਰਮਾਨ ਹੈ ਸਾਨੂੰ ਅਤੇ ਜੋ ਆਇਆ ਸੁਰਚਲ ਸੀ ਸਭ ਕੁਆਰੀ ਵਾਰੀ ਹੈ। ਇਹ ਸਿਰਫ ਮੇਰੇ ਵੀਰ ਸੁਰਜੀਤ ਸੁਰਿੰਦਰ ਸਿੰਘ ਜੀ ਨਾਲ ਨਹੀਂ ਹੋਇਆ, ਇਹ ਸਾਡੇ ਸਾਰਿਆਂ ਨਾਲ ਆਉਣ ਵਾਲਾ ਹੈ। ਅਸੀਂ ਸਾਰੇ ਜੋ ਜਨਮ ਲੈਂਦੇ ਹਾਂ ਉਹਦੇ ਸਾਡੇ ਬਾਣੀ ਵਿੱਚ ਆਉਂਦਾ ਹੈ ਕਿ ਮਨੋਂ ਲਿਖਾਏ ਮੰਦਰ ਮੈਂ ਆਏ। ਸਾਨੂੰ ਲੱਗਦਾ ਹੈ ਕਿ ਸਾਹ ਸੁਰਿੰਦਰ ਸਿੰਘ ਜੀ ਸਾਡੇ ਕੋਲ ਜਲਦੀ ਚਲੇ ਗਏ, ਪਰ ਜੋ ਵਾਹਿਗੁਰੂ ਕੋਲ ਸਮਾਂ ਲਿਖਾ ਕੇ ਆਏ ਸੀ ਉਹ ਪੂਰਾ ਹੋ ਗਿਆ, ਤੋ ਮਨੋਂ ਲਿਖਾਏ ਮੰਦਰ ਮੈਂ ਆਏ। ਇਹ ਇੱਕ ਨਿਸ਼ਚਿਤ ਸੀਮਾ ਹੈ, ਉਹ ਸੀਮਾ ਨੂੰ ਲਹਿੰਦਿਆਂ
उन्होंने तुहाडे नाल बहुत प्यार किया, परिवार वास्ते बड़ी मेहनत की। अज जो फलसी मैटर फलसी इंडस्ट्री हैं उन्होंने बहुत बड़ा योगदान सी, इस करके भुलाया नहीं जा सकता, भुलना भी नहीं चाहिए, हर वेले याद रहना चाहिए उन्होंने तुहाडे नाल किया प्यार तुहाडे वास्ते की मेहनत इमानदारी। मैं बेनती करा सारे कि जिते तुम सारे आए हो परिवार हमदर्दी करने वास्ते, उस तुम सारे बेनती है कि गुरु का लंगर जो साढ़े एडजस्टमेंट चल रहा है वो सारे ने छक के जान की कृपाता करनी। बहुत सारिया संस्थाओं वालों दस्तारा आई हैं, इस गुरुद्वारा साहब वालों एक कमेटी वालों दोनों बच्चों दस्तारा दी जाएगी, दोनों बच्चों बेनती है कि अगे आ जाए गुरु महाराज के हजूर मत्था टेक बैठ जा, सारिया दस्तारा जिन्हें भी इस बार सैटियां लगे हैं वो सारिया दस्तारा उन्होंने भेज दें। मैं गुरुद्वारा नवी पातशाही दूर दमान की गुरद कमेटी वालों सरदार मनजीत सिंह प्रताप, सरदार कमलजीत सिंह राय, सरदार कमलजीत सिंह ग्रीनलैंड, सरदार जोगिंदर सिंह, उन्होंने सारे बेनती करा होर भी जो मेरे गीत इतने आओ सब कुछ कृपा करो इस गुरुवार को। वाहे गुरु का